ਪੇਸ਼ੈਂਟ ਰੀਸੈਂਟ ਚੀਜ਼ਾਂ ਭੁੱਲਦਾ ਕਿ ਅੱਜ ਸਵੇਰੇ ਕੋਈ ਮੈਨੂੰ ਮਿਲ ਕੇ ਗਿਆ ਸੀ ਨਹੀਂ ਮੈਨੂੰ ਤਾਂ ਯਾਦ ਨਹੀਂ ਹੈ ਮੈਂ ਸਵੇਰੇ ਕੁਝ ਖਾਦਾ ਸੀ ਮੈਨੂੰ ਤਾਂ ਯਾਦ ਨਹੀਂ ਮੈਂ ਦਵਾਈ ਖਾਧੀ ਸੀ ਫੋਨ ਕੱਲ ਕਿਸ ਦਾ ਆਇਆ ਸੀ ਅੱਜ ਕੱਲ ਸੀ ਕਿਸ ਦੇ ਵਿਆਹ ਤੇ ਗਏ ਸੀ ਨਹੀਂ ਯਾਦ ਰਹਿੰਦਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਤੋ 10-20 ਸਾਲ ਬਾਅਦ ਹੋ ਸਕਦਾ ਹੈ ਪਹਿਲੀ ਬਿਮਾਰੀ ਬਣੇ ਨਿਊਰੋਟਿਕ ਜਨਰੇਟਿਵ ਸਾਡੇ ਲੋਕ ਤਾਂ ਖਾਸ ਤੌਰ ਤੇ ਪੰਜਾਬ ਦੇ ਲੋਕ ਤਾਂ ਦਿਮਾਗ ਤੇ ਡਾਕਟਰ ਕੋਲ ਜਾਣਾ ਤਾਂ ਇਹ ਸਮਝਦੇ ਨੇ ਵੀ ਉਹ ਪਾਗਲ ਹੀ ਹੋ ਗਿਆ ਤੁਸੀਂ ਖੇਤੀ ਕਰਦੇ ਹੋ ਜਦੋਂ ਦਵਾਈ ਛੜਕਦੇ ਹੋ ਕਵਰ ਕਰਦੇ ਹੋ ਆਪਣੇ ਆਪ ਨੂੰ ਬਿਲਕੁਲ ਵੀ ਨਹੀਂ ਇਹ ਤਾਂ ਹੱਥ ਨਾਲ ਦਵਾਈ ਕੋਲ ਦਿੰਦੇ ਤੁਸੀਂ ਜਿਹੜਾ ਹੱਥ ਨਾਲ ਦਵਾਈ ਕੋਲਦੇ ਹੋ ਇਹ ਯਾਦ ਰੱਖੋ ਕਿ ਤੁਸੀਂ ਦਵਾਈ ਨੂੰ ਸਕਿਨ ਦੇ ਥਰੂ ਬਲੱਡ ਚ ਲੈ ਕੇ ਜਾ ਰਹੇ ਹੋ ਇਹਨੂੰ ਬਲੱਡ ਤੋਂ ਕਿਤੇ ਨਾ ਕਿਤੇ ਬ੍ਰੇਨ ਦੇ ਨਿਊਰੋਨਸ ਤੱਕ ਜ਼ਰੂਰ ਜਾਏਗੀ ਤੇ ਬ੍ਰੇਨ ਦੇ ਨਰਵ ਸੈਲਸ ਨੂੰ ਡੈਮੇਜ ਕਰੇਗੀ ਜਿਹੜਾ ਉਸ ਅਨਾਜ ਨੂੰ ਖਾ ਰਿਹਾ ਹੈ ਮੈਨੂੰ ਲੱਗਦਾ ਉਹਦੇ ਤੱਕ ਵੀ ਇਹ ਬਿਮਾਰੀ ਜਾਂਦੀ ਹੋਵੇ ਖਾਣੇ ਵਿੱਚ ਮੈਗਨੀਸ ਤੇ ਲੀਡ ਦੀ ਮਾਤਰਾ ਬਹੁਤ ਜ਼ਿਆਦਾ ਹੋਏਗੀ ਤੁਹਾਨੂੰ ਪਾਰਕਿੰਸਨ ਹੋਣ ਦੇ ਚਾਂਸਸ ਜ਼ਰੂਰ ਨੇ ਹਰ ਕੰਮ ਛੋੜੀ ਹੋ ਜਾਣਾ ਕੱਪੜੇ ਬਦਲਨੇ ਖਾਣਾ ਬਣਾਉਣਾ ਕਿਤੇ ਜਾਣਾ ਕੁਰਸੀ ਤੋਂ ਬਹਿ ਕੇ ਖੜੇ ਹੋਣਾ ਜਾਂ ਕਾਰ 'ਚੋਂ ਨਿਕਲਣਾ ਹਰ ਕੰਮ 'ਚ ਇਨਸਾਨ ਹੌਲੀ ਹੋ ਜਾਏਗਾ ਜਿਵੇਂ ਜਿਵੇਂ ਏਜ ਵੱਧਦੀ ਹੈ ਸੈੱਲ ਕਮਜ਼ੋਰ ਹੋ ਜਾਂਦੇ ਡੋਪਾਮਿਨ ਘਟ ਜਾਂਦੇ ਮੈਮਰੀ ਲਾਸ ਜਾਂ ਸ਼ਾਰਟ ਟਰਮ ਮੈਮਰੀਜ਼ ਇਹਦਾ ਕੀ ਡਿਫਰੈਂਸ ਨੇ ਇਸ ਬਿਮਾਰੀ ਦੇ ਵਿੱਚ ਵਹਿਮ ਹੋਣੇ ਹਲੂਸੀਨੇਸ਼ਨਸ ਹੋਣੀਆਂ ਇਹ ਲੱਗਣਾ ਕਿ ਇੱਥੇ ਕੋਈ ਖੜਾ ਹੋਇਆ ਹੈ ਇਹ ਲੱਗਣਾ ਕਿ ਕੋਈ ਮੈਨੂੰ ਮਾਰਨਾ ਚਾਹੁੰਦਾ ਹੈ ਜੀ ਸਰ ਜਦੋਂ ਮੈਮਰੀ ਲਾਸ ਅਸੀਂ ਕਹਿੰਦੇ ਆ ਤਾਂ ਮੈਮਰੀ ਸਾਡੀ ਬਹੁਤ ਸਾਰੀ ਚੀਜ਼ਾਂ ਨੂੰ ਕੰਟਰੋਲ ਕਰਦੀ ਹੈ ਸਾਡੇ ਹੋਸ਼ ਨੂੰ ਕੰਟਰੋਲ ਕਰਦੀ ਹੈ ਸਾਡੀ ਯਾਦਦਾਸ਼ਤ ਨੂੰ ਕਰਦੀ ਹੈ ਸੋ ਜਦੋਂ ਮੈਮਰੀ ਲਾਸ ਹੁੰਦਾ ਹੈ ਤਾਂ ਹੋਸ਼ ਵੀ ਇਫੈਕਟ ਹੁੰਦਾ ਹੈ ਨਾਲ ਇਹ ਕੋਵਿਡ ਕਿੰਨਾ ਕਸਰ ਪਾ ਰਿਹਾ ਇਸ ਬਿਮਾਰੀ ਕਰਕੇ ਹੁਣ ਕੋਵਿਡ ਨੇ ਸਾਡੇ ਹਰ ਅੰਗ ਨੂੰ ਖਰਾਬ ਕੀਤਾ ਬਿਲਕੁਲ ਬ੍ਰੇਨ ਨੂੰ ਲਿਵਰ ਨੂੰ ਕਿਡਨੀਜ਼ ਨੂੰ ਹਰ ਅੰਗ ਨੂੰ ਇਫੈਕਟ ਕੀਤਾ 10 ਸਾਲ ਬਾਅਦ ਹੱਥ ਕਮਣਾ ਸ਼ੁਰੂ ਹੋਇਆ ਬਾਡੀ ਸਟਿਫਨੈਸ ਆਈ ਜਾਂ ਸਲੋ ਹੋ ਗਏ ਸੋ ਪਾਰਕਿਨਸਨ ਦੇ ਜੋ ਮੇਨ ਸਿੰਪਟਮ ਜਿਸ ਨਾਲ ਸਾਨੂੰ ਪਤਾ ਚੱਲਦਾ ਕਿ ਬਿਮਾਰੀ ਹੈਗੀ ਹੈ ਸਭ ਤੋਂ ਮੇਨ ਸਿੰਪਟਮ ਹੈ ਸਲੋਨੈਸ ਕਿ ਹੌਲੀ ਹੋ ਜਾਣਾ ਇਹਦਾ ਕਿਹੜੀ ਸਟੇਜ ਤੇ ਜਾ ਕੇ ਸਹੀ ਇਲਾਜ ਹੋ ਸਕਦਾ ਹੈ ਜੋ ਡਾਇਗਨੋਸਿਸ ਹੋ ਗਿਆ ਸਮਝੋ ਕਿ ਅੱਧਾ ਟ੍ਰੀਟਮੈਂਟ ਸ਼ੁਰੂ ਹੋ ਗਿਆ ਤੁਹਾਨੂੰ ਠੀਕ ਹੈ ਸਸਿਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਪ ਦੋਸਤੋ ਅਕਸਰ ਬਜ਼ੁਰਗਾਂ ਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਕਿ ਹੁਣ ਉਮਰ ਹੋ ਗਈ ਹੁਣ ਗੱਲਾਂ ਭੁੱਲਣ ਲੱਗ ਪਏ ਹੁਣ ਉਮਰ ਹੋ ਗਈ ਹੁਣ ਸਰੀਰਕ ਸਮਰੱਥਾ ਉਹ ਜੀ ਨਹੀਂ ਰਹੀ ਕਮਜ਼ੋਰ ਹੋ ਗਈਆਂ ਇਹ ਗੱਲ ਕਹੀ ਜਾਂਦੀ ਹੈ ਕਿ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਕਿਉਂਕਿ ਉਮਰ ਉਹ 60 ਟੱਪ ਗਈ ਹੈ ਹਾਲਾਂਕਿ ਇਹਦੇ ਪਿੱਛੇ ਕਾਰਨ ਉਮਰ ਨਹੀਂ ਬਣਦੀ ਇਹਦੇ ਪਿੱਛੇ ਕਾਰਨ ਬਣਦੀ ਹੈ ਇੱਕ ਬਿਮਾਰੀ ਹੈ ਜਿਹਨੂੰ ਸ਼ਾਇਦ ਅਸੀਂ ਨਜ਼ਰਅੰਦਾਜ਼ ਕਰ ਜਾਂਦੇ ਆ ਪਰ ਉਹ ਇੰਨੀ ਕੁ ਭਿਆਨਕ ਬਿਮਾਰੀ ਹੈ ਜਿਹਦੇ ਕਰਕੇ ਸਾਡੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਪਾਕਿਸਤਾਨਸ ਉਸ ਬਿਮਾਰੀ ਦਾ ਨਾਮ ਹੈ ਤੇ ਉਸੇ ਕਰਕੇ ਸਰੀਰਕ ਸਮਰੱਥਾ ਕਮਜ਼ੋਰ ਹੁੰਦੀ ਹੈ ਉਸੇ ਕਰਕੇ ਦਿਮਾਗੀ ਸ਼ਕਤੀ ਕਮਜ਼ੋਰ ਹੁੰਦੀ ਹੈ ਤੇ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੈ ਪਰ ਇਹ ਬਿਮਾਰੀ ਹੈ ਕੀ ਇਹ ਬਿਮਾਰੀ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਇਹ ਬਿਮਾਰੀ ਦੇ ਲੱਛਣ ਕੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਬਿਮਾਰੀ ਅਸਰ ਕਿਤੇ ਪਾਉਂਦੀ ਹੈ ਕਿਵੇਂ ਅਸਰ ਪਾਉਂਦੀ ਹੈ ਸਾਰੇ ਸਵਾਲਾਂ ਦਾ ਜਵਾਬ ਲਵਾਂਗੇ ਡਾਕਟਰ ਜਸ ਲਵਲੀਨ ਮੇਰੇ ਨਾਲ ਨੇ ਜੋ ਲੰਮੇ ਸਮੇਂ ਤੋਂ ਪ੍ਰੈਕਟਿਸ ਕਰ ਰਹੇ ਨੇ ਤੇ ਖਾਸ ਤੌਰ ਤੇ ਸਾਡੇ ਨਾਲ ਜੁੜੇ ਨੇ ਇਸ ਬਿਮਾਰੀ ਦੇ ਜੋ ਸਵਾਲ ਨੇ ਲੋਕਾਂ ਦੇ ਉਹਨਾਂ ਦੇ ਜਵਾਬ ਦੇਣ ਲਈ ਸਭ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਤੁਸੀਂ ਸਾਨੂੰ ਅੱਜ ਇੱਥੇ ਬੁਲਾਇਆ ਤੇ ਅੱਜ ਵਰਲਡ ਪਾਰਕਿੰਸਨਸ ਡੇ ਹੈ ਤੇ ਮੈਂ ਬਹੁਤ ਹੀ ਖੁਸ਼ ਹਾਂ ਕਿ ਮੈਂ ਇਸ ਚੀਜ਼ ਤੇ ਜਾਗਰੂਕਤਾ ਦੇ ਪਾਉਂਗੀ ਤੁਹਾਡੇ ਕੁਝ ਸਵਾਲਾਂ ਦੇ ਜਵਾਬ ਦੇ ਸਕੂਗੀ ਪਲੀਜ਼ ਦੱਸੋ ਮੈਂ ਕਿਵੇਂ ਹੈਲਪ ਕਰ ਸਕਦੀ ਹਾਂ ਜਦੋਂ ਮੈਂ ਜ਼ਿਕਰ ਕੀਤਾ ਬਿਮਾਰੀ ਦਾ ਤਾਂ ਅਕਸਰ ਸਾਡੇ ਪਿੰਡਾਂ 'ਚ ਜਿਵੇਂ ਅਸੀਂ ਕਹਦੀਏ ਕਿ ਆਮ ਲੋਕਾਂ ਦੇ ਵਿੱਚ ਚੱਲਣਾ ਹੈ ਕਿ ਜੀ 60 ਸਾਲ ਉਮਰ ਹੋ ਗਈ ਹੈ 70 ਹੋ ਗਈ ਹੈ ਤਾਂ ਹੁਣ ਭੁੱਲਣ ਲੱਗ ਪਏ ਤਾਂ ਉਹ ਯਾ ਯਾ ਤਾਂ ਯਾਦ ਆਸ਼ਾ ਉਹ ਕਮਜ਼ੋਰ ਹੋ ਗਈ ਇਹ ਚੀਜ਼ਾਂ ਆਮ ਜੀਆਂ ਗੱਲਾਂ ਨੇ ਪਰ ਕੀ ਇਹ ਗੱਲਾਂ ਸਿਰਫ ਉਮਰ ਕਰਕੇ ਹੀ ਹੁੰਦੀਆਂ ਨੇ ਸਰ ਜਿਵੇਂ ਤੁਸੀਂ ਆਪ ਵੀ ਕਿਹਾ ਤੁਸੀਂ ਸਟਾਰਟਿੰਗ ਇੱਕ ਇੰਟਰੋਡਕਸ਼ਨ ਦਿੱਤੀ ਕਿ ਅਸੀਂ ਬਜ਼ੁਰਗ ਨੂੰ ਬਹੁਤ ਤਜਰਬੇਕਾਰ ਇਨਸਾਨ ਕਹਿੰਦੇ ਆ ਸੇਮ ਟਾਈਮ ਤੇ ਅਸੀਂ ਬਜ਼ੁਰਗ ਨੂੰ ਇਹ ਵੀ ਕਹਿ ਦਿੰਦੇ ਆ ਕਿ ਹੁਣ ਉਮਰ ਹੋ ਗਈ ਹੈ ਸ਼ਾਇਦ ਇਹਨੂੰ ਇਹਨਾਂ ਪਤਾ ਨਹੀਂ ਹੈ ਤੇ ਇਹ ਦੋਨੇ ਚੀਜ਼ਾਂ ਮੈਚ ਨਹੀਂ ਕਰ ਰਹੀਆਂ ਕਿਤੇ ਵੀ ਤੁਸੀਂ ਦੇਖੋਗੇ ਕਿ ਹਰ ਬਜ਼ੁਰਗ ਭੁੱਲਦਾ ਨਹੀਂ ਹੈ ਬਿਲਕੁਲ ਐਂਡ ਹਰ ਬਜ਼ੁਰਗ ਜ਼ਰੂਰੀ ਨਹੀਂ ਹੁੰਦਾ ਕਿ ਉਸ ਦੀ ਸਰੀਰਕ ਸਮਰਥਾ ਉਹਨੀ ਘਟ ਜਾਂਦੀ ਹੈ ਏਜ ਦੇ ਨਾਲ ਸੋ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਇਨਸਾਨ ਆਪਣੀ ਉਮਰ ਥੋੜੇ ਨਾਲੋਂ ਜ਼ਿਆਦਾ ਭੁੱਲ ਰਿਹਾ ਹੈ ਜਾਂ ਉਹਨੇ ਤਜਰਬੇਕਾਰ ਨਹੀਂ ਲੱਗ ਰਿਹਾ ਹੈਗਾ ਤਾਂ ਜ਼ਰੂਰੀ ਨਹੀਂ ਕਿ ਉਹਦੀ ਉਮਰ ਹੋ ਰਹੀ ਹੈ ਉਹ ਕਿਤਨਾ ਕਿਤੇ ਕੋਈ ਇਦਾਂ ਦੀ ਰੀਜ਼ਨ ਕੋਈ ਬਿਮਾਰੀ ਜ਼ਰੂਰ ਹੋ ਸਕਦੀ ਹੈ ਜਿਹਦੇ ਕਰਕੇ ਉਹ ਭੁੱਲ ਰਿਹਾ ਹੈ ਇਹ ਜਿਹੜੀ ਪਾਰਕਿਨਸ ਬਿਮਾਰੀ ਹੈ ਤੁਸੀਂ ਕਹਿ ਰਹੇ ਹੋ ਕੋਈ ਜ਼ਰੂਰੀ ਨਹੀਂ ਉਹ ਉਮਰ ਕਰਕੇ ਹੀ ਸਾਰਾ ਕੁਝ ਹੁੰਦਾ ਹੈ ਜਾਂ ਉਮਰ ਹੀ ਨਹੀਂ ਹੁੰਦੀ ਇੱਕ ਉਮਰ ਤੋਂ ਪਹਿਲਾਂ ਵੀ ਜਾਂ ਉਮਰ ਤੋਂ ਬਾਅਦ ਵੀ ਕਿਤਨਾ ਕਿਤੇ ਫਰਕ ਪੈਂਦਾ ਹੈ ਇਹ ਬਿਮਾਰੀ ਸਿਰਫ ਮੈਮਰੀ ਤੇ ਫਰਕ ਪਾਉਂਦੀ ਹੈ ਜਾਂ ਅਸਲ ਦੇ ਵਿੱਚ ਪੂਰਨ ਰੂਪ ਚ ਬਿਮਾਰੀ ਸਾਹਮਣੇ ਕਿਵੇਂ ਆਉਂਦੀ ਹੈ ਸਰ ਪਾਰਕਿੰਸਨਸ ਦੀ ਬਿਮਾਰੀ 40 ਸਾਲ ਦੀ ਉਮਰ ਤੋਂ ਸ਼ੁਰੂ ਹੋ ਕੇ 80 ਸਾਲ ਤੱਕ ਕਿਸੇ ਨੂੰ ਵੀ ਹੋ ਸਕਦੀ ਹੈ ਠੀਕ ਹੈ ਐਂਡ ਇਹਦੇ ਹੋਣ ਦਾ ਕਾਰਨ ਕੀ ਹੈ ਕਿ ਬ੍ਰੇਨ ਦੇ ਕੁਝ ਨਰਵ ਸੈਲਸ ਨੇ ਜਿਹੜੇ ਕਿ ਘੜਦੇ ਜਾਂਦੇ ਨੇ ਤੇ ਡੋਪਾਮਿਨ ਨਾਮ ਦਾ ਕੈਮੀਕਲ ਘਟਾਉਣਾ ਸ਼ੁਰੂ ਕਰ ਦਿੰਦੇ ਨੇ ਬਾਡੀ ਚ ਇਹ ਕੈਮੀਕਲ ਸਿਰਫ ਸਾਡੀ ਬਾਡੀ ਸਮਰਥਾ ਨੂੰ ਨਹੀਂ ਸਾਡੀ ਮੈਮਰੀ ਸਾਡੇ ਮੂਡਸ ਨੂੰ ਸਾਡੀ ਨੀਂਦ ਨੂੰ ਹਰ ਚੀਜ਼ ਨੂੰ ਕੰਟਰੋਲ ਕਰਦਾ ਹੈ ਸੋ ਜਦੋਂ ਪਾਰਕਿੰਸਨ ਦੇ ਸਿੰਪਟਮ ਸ਼ੁਰੂ ਹੁੰਦੇ ਨੇ ਤਾਂ ਉਹ ਅਲੱਗ-ਅਲੱਗ ਤਰੀਕੇ ਨਾਲ ਸ਼ੁਰੂ ਹੋ ਸਕਦੇ ਨੇ। ਠੀਕ। ਕੁਝ ਲੋਕ ਦੱਸਦੇ ਨੇ ਕਿ ਸਾਨੂੰ 10-15 ਸਾਲ ਪਹਿਲਾਂ ਹੀ ਡਿਪਰੈਸ਼ਨ, ਨੀਂਦ ਦੀ ਦਿੱਕਤ ਆਉਣਾ, ਇਹ ਚੀਜ਼ਾਂ ਪਹਿਲਾਂ ਸ਼ੁਰੂ ਹੋ ਗਿਆ ਸੀ ਲੇਕਿਨ 10 ਸਾਲ ਬਾਅਦ ਹੱਥ ਕੰਬਣਾ ਸ਼ੁਰੂ ਹੋਇਆ, ਬਾਡੀ ਸਟਿਫਨੈਸ ਆਈ ਜਾਂ ਸਲੋ ਹੋ ਗਏ। ਓਕੇ। ਸੋ ਪਾਰਕਿੰਸਨ ਦੇ ਜੋ ਮੇਨ ਸਿੰਪਟਮ ਜਿਸ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਬਿਮਾਰੀ ਹੈਗੀ ਹੈ ਸਭ ਤੋਂ ਮੇਨ ਸਿੰਪਟਮ ਹੈ ਸਲੋਨੈਸ ਕਿ ਹੌਲੀ ਹੋ ਜਾਣਾ। ਹਰ ਕੰਮ 'ਚ ਹੌਲੀ ਹੋ ਜਾਣਾ, ਕੱਪੜੇ ਬਦਲਣੇ ਖਾਣਾ ਬਣਾਉਣਾ ਕਿਤੇ ਜਾਣਾ ਕੁਰਸੀ ਤੋਂ ਬਹਿ ਕੇ ਖੜੇ ਹੋਣਾ ਜਾਂ ਕਾਰ ਚੋਂ ਨਿਕਲਣਾ ਹਰ ਕੰਮ 'ਚ ਇਨਸਾਨ ਹੌਲੀ ਹੋ ਜਾਏਗਾ। ਸੈਕੰਡ ਕਾਮਨ ਸਿੰਪਟਮ ਹੈ ਕਿ ਸਟਿਫਨੈਸ ਜਾਂ ਅਕੜਾ ਪਨਾ ਜਾਣਾ। ਐਂਡ ਇਹ ਸਿੰਪਟਮ ਮੋਸਟਲੀ ਇੱਕ ਪਾਸੇ ਸ਼ੁਰੂ ਹੋਏਗਾ ਬੋਡੀ ਤੇ ਰਾਈਟ ਯਾ ਲੈਫਟ ਕੋਈ ਵੀ ਪਾਸੇ। ਠੀਕ ਹੈ। ਉਸ ਵਿੱਚ ਇਨਸਾਨ ਨੂੰ ਲੱਗੇਗਾ ਕਿ ਜਿਵੇਂ ਪੈਰ ਘੜੀਸ ਕੇ ਚੱਲ ਰਹੇ ਨੇ ਜਾਂ ਬਾਹ ਨੂੰ ਬੜੀ ਮੁਸ਼ਕਲ ਨਾਲ ਕੋਈ ਕੰਮ ਕਰ ਰਹੇ ਨੇ। ਥਰਡ ਸਿੰਪਟਮ ਹੈ ਹੱਥਾਂ ਦਾ ਕੰਬਣਾ। ਜਿਸ 'ਚ ਕਿਹਾ ਜਾਂਦਾ ਹੈ ਕਿ ਹੱਥ ਕੰਬਦੇ ਜਦੋਂ ਜਦੋਂ ਇਨਸਾਨ ਫ੍ਰੀ ਬੈਠਾ ਹੁੰਦਾ ਜਦੋਂ ਉਸ ਨੂੰ ਰੈਸਟ ਟ੍ਰੈਮਰਸ ਕਹਿੰਦੇ ਰੈਸਟਿੰਗ ਟ੍ਰੈਮਰਸ ਇੱਕ ਪਾਰਕਿੰਸਨਸ ਦਾ ਮੇਨ ਸਿੰਪਟਮ ਵੀ ਹੈ ਬਟ ਟ੍ਰੈਮਰਸ ਹੋਰ ਵੀ ਮੈਨੇਜ ਪਾਏ ਜਾਂਦੇ ਨੇ ਸੋ ਪਾਰਕਿੰਸਨਸ ਦਾ ਟ੍ਰੈਮਰ ਮੋਸਟ ਕਾਮਨਲੀ ਰੈਸਟਿੰਗ ਟ੍ਰੈਮਰ ਹੁੰਦਾ ਹੈ ਕਿ ਜਦੋਂ ਫ੍ਰੀ ਬੈਠੇ ਆ ਟੀਵੀ ਦੇਖ ਰਿਹਾ ਤੁਰਦੇ ਫਿਰਦੇ ਆ ਪਲੇਨ ਚ ਬੈਠੇ ਆ ਤਾਂ ਹੱਥ ਕੰਬ ਰਿਹਾ ਹੈ ਸੋ ਇਹ ਜੇ ਸਿੰਪਟਮ ਤੁਸੀਂ ਕਿਸੇ ਪੇਸ਼ੈਂਟ ਦੇਖਦੇ ਹੋ ਤਾਂ ਪਲੀਜ਼ ਸੋਚੋ ਕਿ ਪਾਰਕਿੰਸਨਸ ਦੀ ਬਿਮਾਰੀ ਹੋ ਸਕਦੀ ਹੈ ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ 40 ਤੋਂ ਲੈ ਕੇ 80 ਤੱਕ ਦੀ ਜਿਹੜੀ ਬਿਮਾਰੀ ਹੈ ਪਰ ਮੋਡਲੀ ਸਟੇਜ ਤੇ ਯਾਨੀ ਕਿ 40 ਤੱਕ ਦੀ ਸਟੇਜ ਤੇ ਇਹਨੂੰ ਪਛਾਣਨਾ ਬਹੁਤ ਔਖਾ ਡਿਪੈਂਡ ਕਰਦਾ ਤੁਸੀਂ ਕਿਹੜੇ ਸਿੰਪਟਮਸ ਨਾਲ ਸਾਡੇ ਕੋਲ ਕਦੋਂ ਪਹੁੰਚੇ ਹੋ ਦੇਖੋ ਅਸੀਂ ਇਹ ਬਿਮਾਰੀ 30 ਸਾਲ ਦੇ ਬੱਚੇ ਚ ਵੀ ਦੇਖੀ ਹੈ 30 ਸਾਲ ਦੇ ਯੰਗ ਲੋਕਾਂ ਚ ਵੀ ਦੇਖੀ ਹੈ ਐਂਡ ਜੋ ਤੱਕ ਉਹ 40 ਤੱਕ ਪਹੁੰਚਦੇ ਨੇ ਤਾਂ ਬੜੀ ਕਾਫੀ ਵੱਧ ਚੁੱਕੀ ਹੁੰਦੀ ਹੈ ਸੋ ਇਹਦੇ ਦੋ ਤਰ੍ਹਾਂ ਦੇ ਰੀਜ਼ਨਸ ਨੇ ਪਾਰਕਿੰਸਨਸ ਹੈ ਸਾਡੇ ਕੋਲ ਇੱਕ ਇਹ ਜਿਹਨੂੰ ਅਸੀਂ ਨਿਊਰੋ ਡੀਜਨਰੇਟਿਵ ਕਹਿੰਦੇ ਆ ਕਿ ਜਿਵੇਂ ਜਿਵੇਂ ਏਜ ਵੱਧਦੀ ਹੈ ਸੈੱਲ ਕਮਜ਼ੋਰ ਹੋ ਜਾਂਦੇ ਡੋਪਾਮਿਨ ਘਟ ਜਾਂਦਾ ਠੀਕ ਹੈ ਦੂਸਰਾ ਰੀਜ਼ਨ ਹੈ ਜੈਨੇਟਿਕ ਕਿ ਕਿਸੇ ਕਿਸੇ ਦੀ ਫੈਮਲੀ ਚ ਇਦਾਂ ਦੀ ਬਿਮਾਰੀਆਂ ਹੋ ਸਕਦੇ ਜਿਹਦੇ ਕਰਕੇ ਸਾਹਮਣੇ ਆਸੇ ਅੱਛਾ ਇਹ ਮਤਲਬ ਜੈਨੇਟਿਕ ਹੈ ਇਹ ਬਿਮਾਰੀ ਪੁਸ਼ਤਾਨੀ ਮਿਲ ਚੱਕਦੀ ਹੈ ਜਾਂ ਕਹਿੰਦੀ ਕਿ ਪੁਸ਼ਤਾ ਤੱਕ ਚੱਲਦੀ ਹੁੰਦੀ ਹੈ ਜੀ ਇਹ ਵੀ ਹੋ ਸਕਦੀ ਹੈ ਕੁਝ ਪਰਸੈਂਟ ਹੈਗੇ ਬਹੁਤ ਘੱਟ ਪਰਸੈਂਟੇਜ ਜੇਕਰ ਲੋਕੀ 5 ਤੋਂ 7% ਪਾਰਕਿੰਸਨ ਜੈਨੇਟਿਕ ਵੀ ਹੁੰਦਾ ਹੈ ਬਟ ਡਾਕਟਰ ਸਾਹਿਬ ਪਰ ਹੁਣ ਤੱਕ ਇਸ ਜੀ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤੁਸੀਂ ਜੈਨੇਟਿਕ ਕਹਿ ਰਹੇ ਹੋ ਪਰ ਅਸੀਂ ਸਟਿਫਨੈਸ ਦੀ ਗੱਲ ਕਰ ਲਈਏ ਕਿਉਂਕਿ ਇੱਕ ਤਰ੍ਹਾਂ ਦੇ ਵੀ ਲੱਛਣ ਤੁਸੀਂ ਕਹਿ ਰਹੇ ਹੋ ਸਟਿਫਨੈਸ ਤਾਂ ਕਈ ਕਾਰਨਾ ਕਰਕੇ ਆ ਜਾਂਦੀ ਹੈ ਚਾਹੇ ਇੱਕੋ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਹੋਵੇ ਉਸੇ ਬਾਡੀ ਪੋਰਸ਼ਨ ਚ ਬਲ ਪੋਰਸ਼ਨ ਚ ਕੰਮ ਕੀਤਾ ਜਾਂਦਾ ਹੋਵੇ ਉਹ ਚੀਜ਼ਾਂ ਵੀ ਤਾਂ ਕਾਰਨ ਹੋ ਸਕਦੀਆਂ ਨੇ ਉਹ ਕਾਰਨ ਤੇ ਇਸ ਬਿਮਾਰੀ ਦੇ ਲੱਛਣਾਂ ਨੂੰ ਪਛਾਣਿਆ ਕਿਵੇਂ ਜਾਂਦਾ ਫਿਰ ਸੋ ਪਾਰਕਿੰਸਨ ਜਿਵੇਂ ਮੈਂ ਦੱਸਿਆ ਕਿ ਤਿੰਨ ਚਾਰ ਸਿੰਪਟਮਸ ਸਿਰਫ ਇੱਕ ਸਿੰਪਟਮ ਨਾਲ ਨਹੀਂ ਪਛਾਣੀ ਜਾਂਦੀ ਠੀਕ ਹੈ ਠੀਕ ਹੈ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਹੱਥ ਕੰਬਣੇ ਸੋ ਮੈਂ ਹਮੇਸ਼ਾ ਕਹਿੰਨੀ ਆ ਕਿ ਹਰ ਹੱਥ ਕੰਬਣਾ ਪਾਰਕਿੰਸਨ ਦੀ ਹੁੰਦਾ ਹਾਥ ਕਮ ਦੇ ਹੋਰ ਵੀ ਬਿਮਾਰੀ ਦੇਖੇ ਜਾਂਦੇ ਨੇ ਹੁਣ ਜੇ ਪਾਰਕਿੰਸਨ ਦਾ ਡਾਇਗਨੋਸਿਸ ਬਣਾਉਣਾ ਹੈ ਤਾਂ ਬਾਕੀ ਚੀਜ਼ਾਂ ਨਾਲ ਹੋਣੀਆਂ ਚਾਹੀਦੀਆਂ ਨੇ ਕਿ ਹੌਲਾ ਹੋ ਗਿਆ ਠੀਕ ਹੈ ਹਰ ਕੰਮ 'ਚ ਹੌਲੀ ਹੋ ਗਏ ਨੇ ਸਟਿਫਨੈਸ ਇੱਕ ਪਾਸੇ ਆ ਗਈ ਹੈ ਤੁਰੰਤ ਡਿਫਿਕਲਟੀ ਹੋਣਾ ਕਿ ਬੈਲੈਂਸ ਬਹੁਤ ਵਧੀਆ ਨਾ ਬਣਨਾ ਤੁਰਦੇ ਹੋਏ ਲੱਗਣਾ ਕਿ ਜਿਵੇਂ ਲੜਖੜਾ ਕੇ ਚੱਲ ਰਹੇ ਨੇ ਬਾਕੀ ਸਿੰਪਟਮਸ ਜਿਵੇਂ ਛੋਟੇ-ਛੋਟੇ ਸਿੰਪਟਮਸ ਹੁੰਦੇ ਨੇ ਕਿ ਹੈਂਡਰਾਈਟਿੰਗ ਛੋਟੀ ਹੋ ਗਈ স্মੈਲ ਜ਼ਿਆਦਾ ਚੰਗੀ ਤਰ੍ਹਾਂ ਨੱਕ ਕਰਨ ਪਾਣਾ ਲਾਸ ਆਫ স্মੈਲ ਜਿਹੜਾ ਕਿ ਸਾਡੇ ਸੈਂਟੀਫਿਕ ਅਕਾ ਜਾਂਦਾ ਕਿ ਸਭ ਤੋਂ ਪਹਿਲਾ ਸਿੰਪਟਮ ਹੁੰਦਾ ਪਰ ਅਸੀਂ ਪਛਾਣਦੇ ਥੋੜਾ ਲੇਟ ਆ। ਠੀਕ ਹੈ। ਕੌਨਸਟਿਪੇਸ਼ਨ ਜਾਂ ਕਬਜ਼ ਰਹਿਣਾ ਬਹੁਤ ਕਾਮਨ ਸਿੰਪਟਮ ਹੈ ਪਾਰਕਿੰਸਨ ਦਾ। ਓਕੇ। ਨੀਂਦ ਵਿੱਚ ਬੜਬੜਾਣਾ ਜਾਂ ਨੀਂਦ 'ਚ ਗੱਲਾਂ ਕਰਨੀਆਂ ਜਾਂ ਨੀਂਦ 'ਚ ਹੱਥ-ਪੈਰ ਮਾਰਨੇ ਜਿਵੇਂ ਕਿ ਅਸੀਂ ਕੋਈ ਸੁਪਨਾ ਦੇਖ ਰਹੀ ਹੋਈਏ ਇਹ ਪਾਰਕਿੰਸਨ ਦਾ ਬੜਾ ਕਾਮਨ ਸਿੰਪਟਮ ਹੈ। ਨੀਂਦ ਚੰਗੀ ਤਰ੍ਹਾਂ ਨਾ ਪਾਣਾ ਇੱਕ ਹੋਰ ਕਾਮਨ ਸਿੰਪਟਮ ਹੈ। ਸੋ ਅਸੀਂ ਸਿਰਫ ਇੱਕ ਸਿੰਪਟਮ ਤੋਂ ਨਹੀਂ ਪਾਰਕਿੰਸਨ ਡਾਇਗਨੋਸ ਕਰ ਸਕਦੇ ਨਾਲ ਹੋਰ ਬਾਕੀ ਸਿੰਪਟਮਸ ਨੂੰ ਦੇਖ ਕੇ ਇਹ ਲਾ ਕੇ ਦਾ ਪ੍ਰੋਪਰ ਡਾਇਗਨੋਸਿਸ ਬਣਾਇਆ ਜਾਂਦਾ ਹੈ ਮੈਮਰੀ ਦੀ ਗੱਲ ਹੋ ਰਹੀ ਸੀ ਮੈਮਰੀ ਲਾਸ ਜਾਂ ਸ਼ਾਰਟ ਟਰਮ ਮੈਮਰੀਜ਼ ਇਹਦਾ ਕੀ ਡਿਫਰੈਂਸ ਨੇ ਇਸ ਬਿਮਾਰੀ ਦੇ ਵਿੱਚ ਦੇਖੋ ਪਾਰਕਿੰਸਨ ਦੇ ਕੁਝ ਸਟੇਜ ਹੁੰਦੇ ਨੇ ਕਿ ਪਹਿਲੀ ਸਟੇਜ ਅਸੀਂ ਕਹਿੰਦੇ ਆ ਕਿ ਇੱਕ ਸਾਈਡ ਤੇ ਸਿੰਪਟਮਸ ਆ ਗਏ ਦੂਜੀ ਸਟੇਜ ਕਹਿੰਦੇ ਆ ਕਿ ਦੋਨੇ ਸਾਈਡ ਤੇ ਸਿੰਪਟਮਸ ਆ ਗਏ ਰਾਈਟ ਸਾਈਡ ਤੇ ਵੀ ਲੈਫਟ ਸਾਈਡ ਤੇ ਵੀ ਤੀਜੀ ਸਟੇਜ ਕਹਿੰਦੇ ਆ ਕਿ ਪੇਸ਼ੈਂਟ ਨੂੰ ਤੁਰਨ ਲੱਗੇ ਡਿਫਿਕਲਟੀ ਹੋਗੀ ਬਿਲਕੁਲ ਚੌਥੀ ਸਟੇਜ ਅਸੀਂ ਕਹਿੰਦੇ ਆ ਕਿ 휠ਚੇਅਰ ਬਾਉਂਡ ਹੋ ਜਾਂਦੇ ਆ ਪੇਸ਼ੈਂਟ ਐਂਡ ਪੰਜਵੀਂ ਸਟੇਜ ਤੇ ਬੈੱਡ ਰਿਟਨ ਆ ਜਾਂ ਤੀਜੀ ਸਟੇਜ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਅਕਸਰ ਮੈਮਰੀ ਤੇ ਅਸਰਾਨਾ ਸ਼ੁਰੂ ਹੋ ਸਕਦਾ ਹੁੰਦਾ ਹੈ ਠੀਕ ਹੈ ਹਰ ਪੇਸ਼ੈਂਟ ਵਿੱਚ ਨਹੀਂ ਲੇਕਿਨ ਜੇ ਮੈਮਰੀ ਤੇ ਅਸਰ ਆ ਰਿਹਾ ਤਾਂ ਕੁਝ ਸਿੰਪਟਮ ਹੁੰਦੇ ਨੇ ਉਹਦੇ ਕੁਝ ਲੱਛਣ ਹੁੰਦੇ ਨੇ ਕਾਮਨ ਲੱਛਣ ਹੈਗੇ ਨੇ ਕਿ ਜਿਵੇਂ ਕਿ ਵਹਿਮ ਹੋਣੇ ਹਲੂਸੀਨੇਸ਼ਨਸ ਹੋਣੀਆਂ ਇਹ ਲੱਗਣਾ ਕਿ ਇੱਥੇ ਕੋਈ ਖੜਾ ਹੋਇਆ ਹੈ ਇਹ ਲੱਗਣਾ ਕਿ ਕੋਈ ਮੈਨੂੰ ਮਾਰਨਾ ਚਾਹੁੰਦਾ ਹੈ ਇਹ ਲੱਗਣਾ ਕਿ ਰਾਤ ਨੂੰ ਇੱਥੇ ਕੋਈ ਆਇਆ ਸੀ ਤੇ ਮੇਰੇ ਇੱਥੇ ਕੋਈ ਲਾਈਕ ਫੋਬੀਆ ਕਿਸੇ ਤਰ੍ਹਾਂ ਦਾ ਇੱਕ ਚੀਜ਼ ਦਾ ਹੁੰਦਾ ਹੈ ਉਹ ਉਹ ਨਾਲ ਅਟੈਚ ਹੋ ਸਕਦਾ ਹੈ ਕਈ ਵਾਰੀ ਜੀ ਸਰ ਜਦੋਂ ਮੈਮਰੀ ਲਾਸ ਸੀ ਕਹਿੰਦੇ ਆ ਤਾਂ ਮੈਮਰੀ ਸਾਡੀ ਬਹੁਤ ਸਾਰੀ ਚੀਜ਼ਾਂ ਨੂੰ ਕੰਟਰੋਲ ਕਰਦੀ ਹੈ ਸਾਡੇ ਹੋਸ਼ ਨੂੰ ਕੰਟਰੋਲ ਕਰਦੀ ਹੈ ਸਾਡੀ ਯਾਦਦਾਸ਼ਤ ਨੂੰ ਕਰਦੀ ਹੈ ਸੋ ਜਦੋਂ ਮੈਮਰੀ ਲਾਸ ਹੁੰਦਾ ਤਾਂ ਹੋਸ਼ ਵੀ ਇਫੈਕਟ ਹੁੰਦਾ ਨਾਲ ਸੋ ਜਦੋਂ ਪੇਸ਼ੈਂਟ ਇਦਾਂ ਦੇ ਸਾਨੂੰ ਕਹਿਣ ਕਿ ਸਾਨੂੰ ਵੈਂਪ ਪੈਣੇ ਸ਼ੁਰੂ ਹੋ ਗਏ ਨੇ ਲੱਗਦਾ ਕਿ ਕੀੜੀਆਂ ਹੈਗੀ ਇੱਥੇ ਜਾਂ बार-बार ਬੈੱਡ ਨੂੰ ਚੈੱਕ ਕਰ ਰਹੇ ਨੇ ਤਾਂ ਉਸ ਟਾਈਮ ਅਸੀਂ ਮੈਮਰੀ ਟੈਸਟ ਜ਼ਰੂਰ ਕਰਦੇ ਆ ਪੇਸ਼ੈਂਟ ਦਾ ਪੇਸ਼ੈਂਟ ਕਿਦਾਂ ਦੀ ਚੀਜ਼ਾਂ ਭੁੱਲਦਾ ਹੈ ਪੇਸ਼ੈਂਟ ਰੀਸੈਂਟ ਚੀਜ਼ਾਂ ਭੁੱਲਦਾ ਹੈ ਕਿ ਅੱਜ ਸਵੇਰੇ ਕੋਈ ਮੈਨੂੰ ਮਿਲ ਕੇ ਗਿਆ ਸੀ ਨਹੀਂ ਮੈਨੂੰ ਤਾਂ ਯਾਦ ਨਹੀਂ ਹੈ ਮੈਂ ਸਵੇਰੇ ਕੁਝ ਖਾਦਾ ਸੀ ਮੈਨੂੰ ਤਾਂ ਯਾਦ ਨਹੀਂ ਮੈਂ ਦਵਾਈ ਖਾਦੀ ਸੀ ਫੋਨ ਕੱਲ ਕਿਸ ਦਾ ਆਇਆ ਸੀ ਅ ਕੱਲ ਅਸੀਂ ਕਿਸਦੇ ਵਿਆਹ ਤੇ ਗਏ ਸੀ ਨਹੀਂ ਯਾਦ ਰਹਿੰਦਾ ਲੇਕਿਨ ਅਸੀਂ ਇਹਨਾਂ ਗੱਲਾਂ ਨੂੰ ਕਹਿ ਦਿੰਦੇ ਨੇ ਕਿ ਹੋ ਸਕਦਾ ਉਮਰ ਕਰਕੇ ਐ ਭੁੱਲ ਗਏ ਅਸੀਂ ਦੁਬਾਰਾ ਯਾਦ ਕਰਾ ਦਿੰਦੇ ਹਾਂ ਬਿਲਕੁਲ ਤਾਂ ਬਿਲਕੁਲ ਨਹੀਂ ਐ ਡਾਕਟਰ ਸਾਹਿਬ ਇੱਥੇ ਇੱਕ ਗੱਲ ਹੋਰ ਜੁੜਦੀ ਐ ਪਹਿਲਾਂ ਜ਼ਿਕਰ ਕੀਤਾ ਸੀ ਆਪਾਂ ਕਿ ਅਕਸਰ ਨੌਜਵਾਨ ਵੀ ਬਾਜ਼ਾਰ ਕੁਝ ਲੈਣ ਜਾਂਦੇ ਨੇ ਭੁੱਲੇ ਆਉਂਦੇ ਨੇ ਲੈ ਕੁਝ ਹੋਰ ਆਉਂਦੇ ਨੇ ਕੀ ਇਹ ਵੀ ਇੱਕ ਕਾਰਨ ਜਾਂ ਸ਼ੁਰੂਆਤੀ ਕਾਰਨ ਬਿਮਾਰੀ ਦਾ ਹੋ ਸਕਦਾ ਹੈ ਨਹੀਂ ਸਰ ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਮੈਂ ਆਪਣੇ ਕਲੀਨਿਕ 'ਚ ਬਹੁਤ ਜ਼ਿਆਦਾ ਸੁਣਦੀ ਆ ਠੀਕ ਹੈ ਕਿਉਂਕਿ ਡਿਮੈਂਸ਼ੀਆ ਬਾਰੇ ਅਸੀਂ ਅੱਜਕੱਲ ਕਾਫੀ ਜਾਗਰੂਕ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿਹੜੀ ਵੀ ਐਲਡਰਲੀ ਪੇਸ਼ੈਂਟ ਨੇ ਸਪੈਸ਼ਲੀ ਉਹ ਆ ਕੇ ਗੱਲ ਜ਼ਰੂਰ ਪੁੱਛਦੇ ਆ ਕਿ ਮੈਂ ਭੁੱਲਣ ਲੱਗ ਗਿਆ ਜਿੰਨਾ ਅਸੀਂ ਦੇਖਿਆ ਆਪਣੇ ਕਲੀਨਿਕ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਆਪਣੇ ਬ੍ਰੇਨ ਨੂੰ ਹੱਦ ਤੋਂ ਜ਼ਿਆਦਾ ਯੂਜ਼ ਕਰ ਰਹੇ ਹਾਂ ਅਸੀਂ ਇੱਕ ਟਾਈਮ ਤੇ YouTube ਵੀ ਦੇਖ ਰਹੇ ਹਾਂ WhatsApp ਵੀ ਕਰ ਰਹੇ ਹਾਂ ਕਿਸੇ ਨਾਲ ਗੱਲ ਵੀ ਕਰ ਰਹੇ ਹਾਂ ਐਂਡ ਕਿਸੇ ਹੋਰ ਚੀਜ਼ ਵੱਲ ਵੀ ਧਿਆਨ ਹੁੰਦਾ ਹੈ ਸਾਡਾ ਬ੍ਰੇਨ ਨਾ ਚੀਜ਼ਾਂ ਵਾਸਤੇ ਬਣਿਆ ਹੀ ਨਹੀਂ ਹੈ ਪਜ਼ਲ ਪਜ਼ਲ ਠੀਕ ਹੈ ਅਸੀਂ ਬ੍ਰੇਨ ਨੂੰ ਕਨਫਿਊਜ਼ ਰੱਖ ਰਹੇ ਇੱਕ ਚੀਜ਼ਾਂ ਤੇ ਨਾ ਕੁਝ ਕਰਕੇ ਮੈਮਰੀ ਦੇ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੁੰਦਾ ਹੈ ਕਿ ਜੇ ਤੁਸੀਂ ਕੋਈ ਚੀਜ਼ ਯਾਦ ਰੱਖਣੀ ਹੋ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ ਕੋਈ ਕਿਸੇ ਚੀਜ਼ ਨੂੰ ਪੜਦੇ ਹੋ ਤਾਂ 2 ਮਿੰਟ ਲੈਣੇ ਹੋ ਕਿ ਇਹ ਚੀਜ਼ ਰਜਿਸਟਰ ਹੋ ਜਾਏ ਪਰ ਤੁਸੀਂ YouTube ਵੀ ਦੇਖ ਰਹੇ ਹੋ WhatsApp ਵੀ ਦੇਖ ਰਹੇ ਹੋ ਉਸਮਾਨ ਵੀ ਲੈ ਰਹੇ ਹੋ ਮਾਰਕੀਟ ਚੋਂ ਤਾਂ ਰਜਿਸਟ੍ਰੇਸ਼ਨ ਕਿਤੇ ਵੀ ਨਹੀਂ ਹੋਈ ਸੋ ਤੁਸੀਂ ਭੁੱਲ ਨਹੀਂ ਰਹੇ ਤੁਸੀਂ ਬ੍ਰੇਨ ਨੂੰ ਕਨਫਿਊਜ਼ ਰੱਖ ਰਹੇ ਹੋ ਉਕੇ ਯਾਨੀ ਕਿ ਹਰੇਕ ਅਸੀਂ ਕਹਿ ਸਕਦੇ ਹਾਂ ਵੀ ਇਹ ਇਹ ਜੋ ਨੌਜਵਾਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਇਹ ਬਿਮਾਰੀ ਦੀ ਸ਼ੁਰੂਆਤ ਨਹੀਂ ਹੈ ਬਿਲਕੁਲ ਵੀ ਨਹੀਂ ਪਰ ਕਿਸੇ ਨਾ ਕਿਸੇ ਹੋਰ ਬਿਮਾਰੀ ਦੀ ਜ਼ਰੂਰ ਹੈ ਬਿਲਕੁਲ ਇਹ ਤੁਸੀਂ ਕਹਿ ਸਕਦੇ ਹੋ ਕਿਸੇ ਨਾ ਕਿਸੇ ਹੋਰ ਬਿਮਾਰੀ ਦੀ ਜ਼ਰੂਰ ਹੈ ਇਹਦੇ ਲਈ ਸਾਵਧਾਨੀ ਵਰਤਣੀ ਪਊਗੀ ਆਪਦੇ ਦਿਮਾਗ ਨੂੰ ਥੋੜਾ ਜਿਹਾ ਆਰਾਮ ਦੇਣ ਦੀ ਵੀ ਲੋੜ ਹੈ ਪਰ ਜਦੋਂ ਅਸੀਂ ਤਣਾਅ ਦੀ ਗੱਲ ਕਰਦੇ ਹਾਂ ਅਸੀਂ ਇਸ ਵਕਤ ਮਾਨਸਿਕ ਤੌਰ ਤੇ ਜਿਹੜੇ ਰੋਗ ਕਈ ਤਰ੍ਹਾਂ ਦੇ ਆ ਚੁੱਕੇ ਨੇ ਉਹ ਕਿੱਡਾ ਕ ਵੱਡਾ ਕਾਰਨ ਬਣਦੇ ਨੇ ਇਸ ਮਰੀਜ਼ ਦੇ ਦੇਖੋ ਪਾਰਕਿੰਸਨਸ ਅਸੀਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਕੁਝ ਸਿੰਪਟਮਸ 10 ਸਾਲ ਪਹਿਲਾਂ ਆ ਜਾਂਦੇ ਨੇ ਠੀਕ ਸੋ ਜਿਵੇਂ ਕਿ ਡਿਪਰੈਸ਼ਨ ਐਂਜਾਇਟੀ ਬਹੁਤ ਕਾਮਨ ਰੀਜ਼ਨ ਐ ਇਸ ਚੀਜ਼ ਦਾ ਸੋ ਇਹ ਦੇਖਿਆ ਗਿਆ ਕਿ ਜੋ ਪੇਸ਼IENTS ਐਂਸ਼ੀਅਸ ਬਹੁਤ ਜ਼ਿਆਦਾ ਹੁੰਦੇ ਨੇ ਜਾਂ ਡਿਪਰੈਸ਼ਨ ਬਹੁਤ ਜ਼ਿਆਦਾ ਹੁੰਦਾ ਉਸ ਦੇ ਚੀਜ਼ ਕਰਕੇ ਵੀ ਪਾਰਕਿੰਸਨਸ ਵੱਧ ਸਕਦੀ ਹੈ ਤੇ ਉਹ ਇੱਕ ਪਾਰਕਿੰਸਨ ਦੀ ਸਟਾਰਟਿੰਗ ਹੋ ਸਕਦੀ ਹੈ ਸੋ ਤਣਾਅ ਮੁਕਤ ਰਹਿਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਐਂਜ਼ਾਇਟੀ ਜਾਂ ਡਿਪਰੈਸ਼ਨ ਦੇ ਪੇਸ਼ੈਂਟ ਹੋਣ ਤਾਂ ਵਾਰ-ਵਾਰ ਇਹ ਜ਼ਰੂਰ ਚੈੱਕ ਕਰੋ ਕਿ ਤੁਸੀਂ ਆਪਣੇ ਡਾਕਟਰ ਤੋਂ ਸਹੀ ਸਮੇਂ ਦਵਾਈ ਲੈ ਰਹੇ ਹੋ ਕਿ ਨਹੀਂ ਤੇ ਉਹ ਕਿਸੇ ਹੋਰ ਮਰਜ਼ੀ ਵਿੱਚ ਕਨਵਰਟ ਤਾਂ ਨਹੀਂ ਹੋ ਰਹੀ। ਅਕਸਰ ਇਹ ਦੇਖਿਆ ਗਿਆ ਹੈ ਕਿ ਜਦੋਂ ਐਂਜ਼ਾਇਟੀ ਡਿਪਰੈਸ਼ਨ ਦੇ ਪੇਸ਼ੈਂਟ ਕੁਝ ਸਾਲਾਂ ਤੋਂ ਮੈਡੀਸਿਨ ਲੈ ਰਹੇ ਹੁੰਦੇ ਨੇ ਇੱਕ ਟਾਈਮ ਤੋਂ ਬਾਅਦ ਡਾਕਟਰ ਕੋਲ ਜਾਣਾ ਬੰਦ ਕਰ ਦਿੰਦੇ ਨੇ। ਕਿ ਹੁਣ ਅਸੀਂ ਦਵਾਈ ਲੈ ਰਹੇ ਆ ਬਿਲਕੁਲ ਠੀਕ ਆ ਐਂ ਦਵਾਈ ਚੱਲਦੀ ਰਹੇਗੀ ਐ ਚੱਲਦੀ ਰਹਿੰਦੀ ਐ। ਪਰ ਜਦੋਂ ਇਹ ਸਿੰਪਟਮਸ ਪਾਰਕਿੰਸਨਸ ਦੇ ਸ਼ੁਰੂ ਆਉਂਦੇ ਨੇ ਉਹਨੂੰ ਪਤਾ ਨਹੀਂ ਚੱਲ ਪਉਂਦਾ ਕਿਉਂਕਿ ਡਾਕਟਰ ਕੋਲ ਤਾਂ ਅਸੀਂ ਵਿਜ਼ਿਟ ਕਰਨ ਗਈ ਹੀ ਨਹੀਂ। ਤੁੱਕ ਰੈਗੂਲਰ ਵਿਜ਼ਿਟ ਰਣੀ ਡਾਕਟਰ ਕੋਲ ਆਪਣੇ ਐਂਜ਼ਾਇਟੀ ਡਿਪਰੈਸ਼ਨ ਦਾ ਦੇਖਣਾ ਕਿ ਤੁਹਾਨੂੰ ਕਿਹ ਸਟੇਜ ਤੇ ਹੋ ਜਾਂ ਕਿਵੇਂ ਚੱਲ ਰਿਹਾ ਬਹੁਤ ਜ਼ਰੂਰੀ ਹੈ ਇਹ ਸਵਾਲ ਤੁਹਾਡੇ ਮਹਿਕਮੇ ਦੇ ਲਈ ਵੀ ਆ ਕਿ ਤੁਸੀਂ ਸਟਿਫਨੈਸ ਦੀ ਗੱਲ ਕੀਤੀ ਤੁਸੀਂ ਬਾਡੀ ਦੇ ਕੁਝ ਜਿਵੇਂ ਹੱਥ ਨੂੰ ਵੇਲੇ ਹੱਥ ਨੂੰ ਹਿੱਲਣ ਦੀ ਗੱਲ ਕੀਤੀ ਕੁਝ ਚੀਜ਼ਾਂ ਸਾਡੇ ਲੋਕਾਂ ਦੇ ਸਮਝ ਨਹੀਂ ਆਉਂਦੀਆਂ ਜੇਕਰ ਬਾਡੀ ਵਿੱਚ ਕੋਈ ਸਟਿਫਨੈਸ ਆ ਗਈ ਜਾਂ ਦਰਦ ਹੋਣਾ ਸ਼ੁਰੂ ਹੋ ਗਿਆ ਤਾਂ ਅਸੀਂ ਇੱਕ ਸੀਮਤ ਡਾਕਟਰ ਕੋਲ ਜਾਣੇ ਆ ਉਹ ਆਪਣੇ ਤਜਰਬੇ ਆਪਣੇ ਐਕਸਪੈਰੀਮੈਂਟ ਦੇ ਤਹਿਤ ਦਵਾਈ ਦੇ ਦਿੰਦਾ ਪਰ ਉਹ ਵੀ ਸ਼ਾਇਦ ਪਾਰਕਿਨਸਨਸ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰਦਾ ਇਹ ਕਿੰਨੀ ਇੱਕ ਕਾਮਨ ਚੀਜ਼ ਹੈ ਤੁਸੀਂ ਬਿਲਕੁਲ ਸਹੀ ਕਿਹਾ ਸਰ ਕਿ ਕਾਫੀ ਕਾਮਨਲੀ ਮੈਂ ਦੇਖਦੀਆਂ ਕਿ ਕਈ ਵਾਰ ਜਦੋਂ ਪੇਸ਼ੈਂਟਸ ਕਹਿੰਦੇ ਕਿ ਇੱਕ ਪਾਸੇ ਬਹੁਤ ਸਟਿਫਨੈਸ ਸੀ ਅਕੜਾਪਨ ਸੀ ਬਹੁਤ ਜ਼ਿਆਦਾ ਸੀ ਆਰਥੋ ਜੀ ਵੀ ਦਿਖਾ ਲਿਆ ਹੱਡੀਆਂ ਦੇ ਡਾਕਟਰ ਨੂੰ ਦਿਖਾ ਚੁੱਕੇ ਆ ਸੀ ਮੈਡੀਸਨ ਦੇ ਡਾਕਟਰ ਨੂੰ ਦਿਖਾ ਚੁੱਕੇ ਆ ਉਸ ਤੋਂ ਬਾਅਦ ਜੋ ਸਾਡੇ ਕੋਲ ਆਉਂਦੇ ਨੇ ਸੀ ਦੱਸਦੇ ਆ ਕਿ ਐਕਚੁਅਲੀ ਤੁਹਾਨੂੰ ਸ਼ੋਲਡਰ ਦੀ ਪ੍ਰੋਬਲਮ ਨਹੀਂ ਹੈਗੀ ਸੀ ਜਾਂ ਸਟਿਫਨੈਸ ਨਹੀਂ ਹੈਗੀ ਸੀ ਜਾਂ ਕੋਈ ਜੋਇੰਟ ਦੀ ਪ੍ਰੋਬਲਮ ਨਹੀਂ ਸੀ ਤੁਹਾਨੂੰ ਪਾਰਕਿੰਸਨਸ ਦੀ ਪ੍ਰੋਬਲਮ ਸੀ ਸੋ ਇਸ ਚੀਜ਼ ਨੂੰ ਚੈੱਕ ਕਰਨਾ ਥੋੜਾ ਡਿਫਿਕਲਟ ਹੈ ਸਟਾਰਟਿੰਗ ਸਟੇजेस ਵਿੱਚ ਤੇ ਇਟ ਵਾਸ ਜ਼ਰੂਰੀ ਹੈ ਕਿ ਜੀਸੀ ਇਸ ਦੀ ਅਵੇਅਰਨੈਸ ਜਾਂ ਜਾਗਰੂਕਤਾ ਫੈਲਾਵਾਂਗੇ ਤੇ ਜਿਹੜੇ ਬਾਕੀ ਸਾਡੇ ਹੋਰ ਡਿਪਾਰਟਮੈਂਟਸ ਦੇ ਡਾਕਟਰਸ ਨੇ ਉਹ ਸਮਝਣਗੇ ਕਿ ਸਿਰਫ ਫਰੋਜ਼ਨ ਛੋਲ ਰਹੀਆਂ ਜਾਂ ਜੋਇੰਟ ਸੀ ਪ੍ਰੋਬਲਮ ਨਹੀਂ ਪਾਰਕਿੰਸਨਸ ਵੀ ਹੋ ਸਕਦਾ ਹੈ ਸੋ ਮੇਬੀ ਤੁਹਾਡੇ ਚੈਨਲ ਦੇ ਥਰੂ ਅੱਜ ਲੋਕ ਇਹ ਵੀ ਸੁਣਨਗੇ ਬਾਕੀ ਡਾਕਟਰਸ ਇਹ ਵੀ ਕਰ ਰਹੇ ਆ ਤੁਹਾਡੇ ਜ਼ਰੀਏ ਕਿ ਬਿਮਾਰੀ ਨੂੰ ਬਿਮਾਰੀ ਤਰ੍ਹਾਂ ਸਮਝਾਇਆ ਜਾਵੇ ਉਹਨੂੰ ਤੋਂ ਵਹਿਮ ਨਾ ਪਾਲੇ ਜਾਣ ਪਰ ਜਦੋਂ ਅਸੀਂ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਆ ਕੋਵਿਡ ਆਇਆ ਮੈਂ ਕੁਝ ਮੀਡੀਆ ਰਿਪੋਰਟਸ ਪੜ੍ਹ ਰਿਆ ਸੀ ਕੁਝ ਰਿਪੋਰਟਸ ਪੜ੍ਹ ਰਿਆ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਪਾਰਕਿੰਸਨਸ ਦੇ ਵਿੱਚ ਕੋਵਿਡ ਤੋਂ ਬਾਅਦ ਨੌਜਵਾਨਾਂ 'ਚ ਜ਼ਿਆਦਾ ਬਿਮਾਰੀ ਆਨਦੀ ਦਿਖਾਈ ਦੇ ਰਹੀ ਹੈ ਤਕਰੀਬਨ 40% ਜਿਹੜਾ ਅੰਦਾਜ਼ਾ ਦੱਸਿਆ ਗਿਆ ਕਿ ਨੌਜਵਾਨਾਂ ਦੇ ਵਿੱਚ ਪਾਈ ਜਾ ਰਹੀ ਹੈ ਇਹ ਕੋਵਿਡ ਕਿੰਨਾ ਅਸਰ ਪਾ ਰਿਹਾ ਇਸ ਬਿਮਾਰੀ ਕਰਕੇ ਸਰ ਪਾਰਕਿੰਸਨਸ ਦੀ ਬਹੁਤ ਸਾਰੀ ਟਾਈਪਸ ਹੁੰਦੀਆਂ ਨੇ ਸੋ ਜਿਹੜੀ ਟਾਈਪ ਤੁਸੀਂ ਕਹਿ ਰਹੇ ਹੋ ਕਿ ਕੋਵਿਡ ਕਰਕੇ ਸਾਹਮਣੇ ਆਈ ਹੈ ਹੁਣ ਕੋਵਿਡ ਨੇ ਸਾਡੇ ਹਰ ਅੰਗ ਨੂੰ ਖਰਾਬ ਕੀਤਾ ਹੈ ਬਿਲਕੁਲ ਬ੍ਰੇਨ ਨੂੰ ਲਿਵਰ ਨੂੰ ਕਿਡਨੀਸ ਨੂੰ ਹਰ ਅੰਗ ਨੂੰ ਇਫੈਕਟ ਕੀਤਾ ਜੋ ਨੇ ਬ੍ਰੇਨ ਤੇ ਇਫੈਕਟਸ ਪਾਇਆ ਨੇ ਦਿਮਾਗ ਤੇ ਜਿਸ ਤਰ੍ਹਾਂ ਦੀਆਂ ਬਿਮਾਰੀਆਂ ਸਾਹਮਣੇ ਲੈ ਕੇ ਆਇਆ ਉਹ ਚੋ ਇੱਕ ਪਾਰਕਿੰਸਨਸ ਵੀ ਹੈ ਸੋ ਇਹ ਪਾਰਕਿੰਸਨਸ ਅਸੀਂ ਕਵਾਂਗੇ ਕੋਵਿਡ ਇੰਡਿਊਸਡ ਹੈਗੀ ਸੀ ਕੋਵਿਡ ਕਰਕੇ ਹੋਈ ਸੀ ਐਦਾਂ ਹੀ ਬਹੁਤ ਸਾਰੀ ਪਾਰਕਿੰਸਨਸ ਦੀ ਟਾਈਪਸ ਨੇ ਜਿਵੇਂ ਕਿ ਅਸੀਂ ਕਿਹਾ ਡਰਗ ਇੰਡਿਊਸਡ ਕੁਝ ਦਵਾਈਆਂ ਕਰਕੇ ਪਾਰਕਿੰਸਨਸ ਬੜੀ ਕਾਮਨ ਹੈ ਸੋ ਜੇ ਇਸ ਚੀਜ਼ ਬਾਰੇ ਵੀ ਗੱਲ ਕਰੀ ਬੜੀ ਕਾਮਨ ਜੀ ਆਦਤ ਹੈ ਕਰਾਂ ਚ ਕਿ ਐਸਿਡਿਟੀ ਹੋਈ ਤੇ ਖਾਲੀ ਪੇਟ ਦੀ ਦਵਾਈ ਖਾਣੀ ਸ਼ੁਰੂ ਕਰ ਦਿੱਤੇ ਅੱਜ ਅਸੀਂ ਇਸ ਮੋਸੇ ਖਾਣੇ ਅੱਜ ਖਾਲੀ ਪੇਟ ਦੀ ਦਵਾਈ ਜ਼ਰੂਰ ਖਾ ਲਓ ਕਿ ਐਸਿਡਿਟੀ ਹੋ ਜਾਏਗੀ ਪਰ ਪਲੀਜ਼ ਧਿਆਨ ਰੱਖੋ ਕਿ ਜਿਹੜੀ ਤੁਸੀਂ ਇਹ ਦਵਾਈਆਂ ਖਾ ਰਹੇ ਹੋ ਨੇ ਵਿੱਚ ਕੁਝ ਸੌਲਟ ਏਦਾਂ ਦੇ ਹੁੰਦੇ ਨੇ ਜਿਹੜੇ ਕਿ ਪਾਰਕਿੰਸਨਸ ਕਰ ਦਿੰਦੇ ਨੇ ਸੋ ਜੇ ਤੁਹਾਨੂੰ ਪਾਰਕਿੰਸਨਸ ਹੋਣ ਦੇ ਚਾਂਸਸ ਨਹੀਂ ਵੀ ਹੈਗੇ ਤਾਂ ਵੀ ਇਹ ਮੈਡੀਸਨ ਤੁਹਾਨੂੰ ਪਾਰਕਿੰਸਨਸ ਕਰ ਸਕਦੀ ਹੈ

ਜਿਹੜੇ ਕਿ ਇਸ ਦਵਾਈ ਕਰਕੇ ਪਾਰਕਿੰਸਨ ਹੋ ਚੁੱਕੇ ਸਿਰਫ ਇੱਕ ਦਵਾਈ ਕਰਕੇ ਸਿਰਫ ਇੱਕ ਖਾਲੀ ਪੇਟ ਵਾਲੀ ਜਿਹੜੀ ਛੋਟੀ ਜੀ ਗੋਲੀ ਉਹਦੇ ਕਰਕੇ ਸੋ ਉਹਦੇ ਹੋਰ ਵੀ ਬਹੁਤ ਕੰਬੀਨੇਸ਼ਨਸ ਆਉਂਦੇ ਨੇ ਸਰ ਬਟ ਸਾਰੀਆਂ ਦਵਾਈਆਂ ਪਰ ਡਿਸਕਸ ਨਹੀਂ ਕਰ ਸਕਾਂਗੇ ਬਟ ਮੈਂ ਇਸ ਦਵਾਈ ਤੇ ਸਪੈਸ਼ਲੀ ਜਾਣ ਬੁੱਝ ਕੇ ਫੋਕਸ ਕਰਨਾ ਚਾਹੁੰਦੀ ਹਾਂ ਕਿਉਂਕਿ ਇਹ ਅਸੀਂ ਡਾਕਟਰ ਤੋਂ ਲਿਖਵਾ ਕੇ ਨਹੀਂ ਲੈਂਦੇ ਅਸੀਂ ਕੇਮਿਸਟ ਕੋਲ ਜਾਂਦੇ ਆਂ ਭਾਜੀ ਸਾਨੂੰ ਐਸੀ ਟੀ ਦਵਾਈ ਦੇ ਦੋ ਸੋ ਇਹ ਨਹੀਂ ਹੋਣਾ ਚਾਹੀਦਾ ਡਾਕਟਰ ਸਾਹਿਬ ਨੇ ਤਾਂ ਐਸਿਡਿਟੀ ਦੀ ਦਵਾਈ ਦਾ ਜ਼ਿਕਰ ਕੀਤਾ ਹੈ ਪਰ ਸਾਡੇ ਲੋਕਾਂ ਦੇ ਵਿੱਚ ਕਈ ਵਾਰੀ ਸੀ ਦੇਖਦੇ ਹਾਂ ਕਿ ਦਵਾਈ ਦਾ ਨਾਮ ਤੱਕ ਨਹੀਂ ਪਤਾ ਹੁੰਦਾ ਮੈਡੀਕਲ ਤੇ ਜਾ ਕੇ ਸਿਰਫ ਇਹ ਚੀਜ਼ ਮੰਗੀ ਜਾਂਦੀ ਹੈ ਕਿ ਹਰੇ ਪੰਨੇ ਵਾਲੀ ਦਵਾਈ ਦੇ ਦਿਓ ਜੀ ਇਹ ਬੜੀ ਕਾਮਨ ਚੀਜ਼ ਹੈ ਹਰੇ ਜੋ ਕੋ ਦਰਦ ਹੁੰਦਾ ਹੈ ਤਾਂ ਹਰੇ ਪੱਤੇ ਵਾਲੀ ਹਰੇ ਪੰਨੇ ਵਾਲੀ ਦਵਾਈ ਕਹਿ ਕੇ ਉਹ ਚੀਜ਼ ਮੰਗੀ ਜਾਂਦੀ ਹੈ ਤੇ ਮੈਨੂੰ ਲੱਗਦਾ ਵੀ ਇਹ ਸਾਰੀਆਂ ਚੀਜ਼ਾਂ ਵੀ ਤਾਂ ਕਿਤਨਾ ਕਿਤੇ ਪਾਰਕਿਸਨਸ ਨੂੰ ਬਲਾਵਾ ਹੀ ਹੈ ਬਿਲਕੁਲ ਸਹੀ ਬਿਲਕੁਲ ਸਹੀ ਕਹਿ ਰਹੇ ਹੋ ਸਿਰਫ ਪਾਰਕਿੰਸਨਸ ਨਹੀਂ ਹੋਣੀ ਹੋਰ ਬਹੁਤ ਸਾਰੀ ਇਦਾਂ ਚੀਜ਼ਾਂ ਨੂੰ ਜੋ ਲਿਵਰਸਲ ਪ੍ਰਾਇਡ ਦਵਾਈ ਦੀ ਅਸੀਂ ਗੱਲ ਕਰ ਰਹੇ ਸਿਰਫ ਪਾਰਕਿੰਸਨਸ ਨਹੀਂ ਕਰਦੀ ਇਦਾਂ ਦੀ ਬ੍ਰੇਨ ਦੀ ਹੋਰ ਬਹੁਤ ਸਾਰੀ ਬਿਮਾਰੀਆਂ ਨੂੰ ਬੁਲਾਵਾ ਦਿੰਦੀ ਹੈ ਇਹ ਹੱਥ ਕੰਬਣੇ ਜਾਂ ਫੇਸ ਦਾ ਟੇਡਾ ਹੋ ਜਾਣਾ ਜਾਂ ਅਕੜਾ ਪਣਾ ਜਾਣਾ ਜਾਂ ਇਦਾਂ ਦੀ ਬਹੁਤ ਸਾਰੀ ਬਿਮਾਰੀਆਂ ਨੇ ਜੋ ਕਿ ਇਸੇ ਚੀਜ਼ ਕਰਕੇ ਹੋ ਸਕਦੀਆਂ ਨੇ ਸੋ ਇਹ ਤਾਂ ਲੱਛਣ ਅਧਰੰਗ ਦੇ ਵੀ ਹੁੰਦੇ ਨੇ ਇਹ ਇਹ ਫਿਰ ਅੰਤਰ ਕੀ ਹੈ ਦੋਵਾਂ ਦੇ ਵਿੱਚ ਸੋ ਪਾਰਕਿੰਸਨ ਸਿਪੀਸ਼ਨ ਸਾਡੇ ਕੋਲ ਕਈ ਵਾਰ ਇਸ ਕਰਕੇ ਵੀ ਆਉਂਦੇ ਨੇ ਕਿ ਡਾਕਟਰ ਸਾਹਿਬ ਇੱਕ ਪਾਸਾ ਕਮਜ਼ੋਰ ਹੈ ਖੜ ਗਿਆ ਜਾਂ ਕਮਜ਼ੋਰ ਹੋ ਗਿਆ ਉਹਨੂੰ ਕਮਜ਼ੋਰੀ ਨਾਲ ਲੈਂਦੇ ਨੇ ਹੁਣ ਜੋ ਖੜੇਗਾ ਤੋ ਜੀ ਗ੍ਰਿਪ ਅੱਛੀ ਨਹੀਂ ਬਣੇਗੀ ਠੀਕ ਹੈ ਜੇ ਅਧਰਾੰਗ ਕਰਕੇ ਕਮਜ਼ੋਰੀ ਆਏਗੀ ਸਟ੍ਰੋਕ ਕਰਕੇ ਬ੍ਰੇਨ ਕਲੌਟ ਕਰਕੇ ਕਮਜ਼ੋਰੀ ਆਏਗੀ ਤੱਕ ਪਕੜ ਅੱਛੀ ਨਹੀਂ ਰਹੇਗੀ ਤੁਰੰਤ ਦਿੱਕਤ ਉਸ ਵਿੱਚ ਵੀ ਆਏਗੀ ਇਸ ਵਿੱਚ ਵੀ ਆਏਗੀ ਲੇਕਿਨ ਇਸ ਦੀ ਜੋ ਪਕੜ ਹੈ ਜਾਂ ਮਜ਼ਬੂਤੀ ਹੈ ਇਸ ਇਸ ਥੋੜੀ ਸਾਈਡ ਦੀ ਉਹ ਉਨੀ ਕਮਜ਼ੋਰ ਨਹੀਂ ਹੋਏਗੀ ਜਿੰਨੇ ਪਾਰਕਿੰਸਨਸ ਹੈ ਕਿ ਉਸ ਵਿੱਚ ਕਮਜ਼ੋਰੀ ਨਹੀਂ ਆਉਂਦੀ ਹੈਗੀ ਸੋ ਆਈ ਥਿੰਕ ਇੱਕ ਡਾਕਟਰ ਹੀ ਦੱਸ ਸਕਦਾ ਹੈ ਕਿ ਤੁਹਾਨੂੰ ਅਦਰੰਗ ਦਾ ਅਟੈਕ ਹੈ ਜਾਂ ਪਾਰਕਿਨਸਨ ਹੈ ਤੁਸੀਂ ਘਰੇ ਬੈਠੇ ਇਸ ਨੂੰ ਡਾਇਗਨੋਸ ਨਹੀਂ ਕਰ ਸਕਦੇ ਹੈਗੇ ਘਰੇ ਬੈਠੇ ਕਈ ਵਾਰੀ ਕੁਝ ਚੀਜ਼ਾਂ ਅਸੀਂ ਗਲਤ ਫੈਸਲੇ ਲੈ ਲੈਂਦੇ ਆ ਪਰ ਸਾਨੂੰ ਬਹੁਤ ਜ਼ਰੂਰੀ ਬਣ ਜਾਂਦਾ ਹੈ ਕਿ ਅਸੀਂ ਆਪਣੀ ਸਿਹਤ ਦੇ ਨਾਲ ਖਿਲਪਾੜ ਨਾ ਕਰੀਏ ਸਗੋਂ ਇੱਕ ਚੰਗੇ ਡਾਕਟਰ ਕੋਲੋਂ ਉਸ ਦੀ ਸਲਾਹ ਲੈ ਕੇ ਸਹੀ ਤਰੀਕੇ ਦੇ ਨਾਲ ਇਲਾਜ ਕਰਵਾਇਆ ਜਾਵੇ ਪਰ ਅ ਇਲਾਜ ਤੋਂ ਪਹਿਲਾਂ ਪਹਿਲਾਂ ਮੈਂ ਜ਼ਰੂਰ ਇਹ ਜਾਨਣਾ ਚਾਹਾਂਗਾ ਵੀ ਕਿਹੜੇ ਉਹ ਲੋਕ ਨੇ ਜਿਹੜੇ ਇਸ ਬਿਮਾਰੀ ਤੋਂ ਬਚ ਸਕਦੇ ਨੇ ਅ ਸਰ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਹਾਰਟ ਡਿਜ਼ੀਜ਼ ਜਾਂ ਡਾਇਬੀਟੀਜ਼ ਜਾਂ ਹਾਈਪਰ ਟੈਨਸ਼ਨ ਤੋਂ ਬਚਣ ਦੇ ਕੀ ਤਰੀਕੇ ਨੇ ਇੱਕ ਐਕਟਿਵ ਲਾਈਫ ਸਟਾਈਲ ਚੰਗਾ ਖਾਣਾ ਪੀਣਾ ਹਰ ਚੀਜ਼ ਮੋਡਰੇਸ਼ਨ ਚ ਕਰਨੀ ਤੁਸੀਂ ਚੰਗਾ ਖਾਣਾ ਵੀ ਮੋਡਰੇਸ਼ਨ ਚ ਖਾਓ ਏਵਰੀਥਿੰਗ ਇਨ ਮੋਡਰੇਸ਼ਨ ਉਸੇ ਤਰ੍ਹਾਂ ਪਾਰਕਿੰਸਨਸ ਜੋ ਕਿ ਅਸੀਂ ਕਹਿੰਦੇ ਕਿ ਨਿਊਰੋ ਡੀਜਨਰੇਟਿਵ ਡਿਜ਼ੀਜ਼ ਹੈ ਉਮਰ ਦੇ ਨਾਲ ਜੋ ਚੇਂਜਸ ਆਉਣੀ ਉਸ ਦੀ ਡਿਜ਼ੀਜ਼ ਹੈ ਜੇ ਇਸ ਵਿੱਚ ਵੀ ਤੁਸੀਂ ਚੰਗਾ ਐਕਟਿਵ ਲਾਈਫ ਸਟਾਈਲ ਰੱਖੋਗੇ ਐਕਸਰਸਾਈਜ਼ ਡੇਲੀ ਕਰੋਗੇ ਖਾਣਾ ਮੋਡਰੇਸ਼ਨ ਚ ਖਾਓਗੇ ਜੋ ਵੀ ਸ਼ੌਕ ਨੇ ਮੋਡਰੇਸ਼ਨ ਚ ਕਰੋਗੇ ਤੇ ਬਿਮਾਰੀ ਹੋਣ ਦੇ ਚਾਂਸਸ ਬਹੁਤ ਘੱਟ ਨੇ ਤੁਸੀਂ ਬਿਮਾਰੀਆਂ ਦਾ ਕੁਝ ਜ਼ਿਕਰ ਕੀਤਾ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਅਕਸਰ ਸ਼ੂਗਰ ਦੀ ਬਿਮਾਰੀ ਹੁਣ ਬਹੁਤ ਪਾਈ ਜਾ ਰਹੀ ਹੈ ਹਾਲਾਂਕਿ ਦਿਮਾਗ ਦੇ ਮਾਨਸਿਕ ਤੌਰ ਤੇ ਦਵਾਈਆਂ ਦਾ ਬਿਮਾਰੀਆਂ ਬਹੁਤ ਨਹੀਂ ਪਰ ਸ਼ੂਗਰ ਦੀ ਬਿਮਾਰੀ ਦਾ ਹੋਣਾ ਉਸ ਤੋਂ ਬਾਅਦ ਕੈਂਸਰ ਦੀ ਬਿਮਾਰੀ ਦਾ ਹੋਣਾ ਕਿ ਜਿਹੜੀਆਂ ਇਸ ਤਰ੍ਹਾਂ ਟਰਮਸ ਸਾਹਮਣੇ ਆਉਂਦੀਆਂ ਨੇ ਇਹ ਬਿਮਾਰੀਆਂ ਅਸਰ ਪਾਉਂਦੀਆਂ ਨੇ ਇਹਨਾਂ ਦੇ ਨਾਲ ਨਾਲ ਕੀ ਪਾਕਿਸਤਾਨਸ ਦਾ ਵੀ ਅਸਰ ਨਜ਼ਰ ਆਉਂਦਾ ਯਾ ਬਿਲਕੁਲ ਸਰ ਦੇਖੋ ਮੈਨੂੰ ਲੱਗਦਾ ਹੈ ਕਿ ਡੈਫੀਨਿਟਲੀ ਬਿਮਾਰੀਆਂ ਜ਼ਰੂਰ ਵਧੀਆਂ ਨੇ ਪਰ ਸਾਡੀ ਇਹਨਾਂ ਬਾਰੇ ਅਵੇਰਨੈਸ ਵੀ ਵਧੀ ਹੈ ਅੱਜ ਤੋਂ ਕੁਝ ਸਾਲ ਪਹਿਲਾਂ ਸ਼ਾਇਦ ਅਸੀਂ ਡਾਇਬੀਟਿਸ ਬਾਰੇ ਇੰਨੇ ਜਾਗਰੂਕ ਨਹੀਂ ਸੀ ਜਿੰਨੇ ਹੁਣ ਹੈਗੇ ਸਾਨੂੰ ਬਹੁਤ ਪਤਾ ਚੱਲੇ ਕਿ ਅਸੀਂ ਡਾਇਬੀਟਿਸ ਇਨਸੂਲਿਨ ਵੀ ਲੈ ਸਕਦੇ ਹਾਂ ਇਨਸੂਲਿਨ ਲੈਣਾ ਗਲਤ ਨਹੀਂ ਹੈ ਕਿਉਂਕਿ ਅਸੀਂ ਪੜਦੇ ਬਹੁਤ ਹਾਂ ਉਸ ਚੀਜ਼ ਬਾਰੇ ਕਾਮਨ ਬਿਮਾਰੀ ਹੈ ਪਾਰਕਿੰਸਨਸ ਬਾਰੇ ਲੋਕਾਂ ਨੂੰ ਥੋੜਾ ਪਤਾ ਘੱਟ ਹੈ ਜੇ ਪਤਾ ਹੁੰਦਾ ਤਾਂ ਸ਼ਾਇਦ ਇਹ ਬਿਮਾਰੀ ਇੰਨੀ ਜ਼ਿਆਦਾ ਹੋਰ ਵੀ ਜ਼ਿਆਦਾ ਕਾਮਨ ਦਿਖੀ ਜਾਂਦੀ ਠੀਕ ਹੈ ਕੁਝ ਇਦਾਂ ਦੇ ਰੀਜਨਸ ਨੇ ਜੋ ਮੈਂ ਕਿ ਇਹ ਵੀ ਡਿਸਕਸ ਕਰਨਾ ਚਾਹੁੰਦੀ ਆ ਕਿ ਪਾਰਕਿੰਸਨਸ ਹੋਰ ਕਿਸ ਕਿਸ ਰੀਜਨਸ ਕਰਕੇ ਹੋ ਸਕਦੀ ਹੈ ਤੁਸੀਂ ਗੱਲ ਕਰੇ ਸੀ ਕਿ ਕਿਹੜੀ ਮੈਡੀਸਨਸ ਕਰਕੇ ਹੋ ਸਕਦੀ ਹੈ ਮੈਡੀਸਨਸ ਤੋਂ ਇਲਾਵਾ ਕੁਝ ਇਦਾਂ ਦੇ ਟੌਕਸਿਨਸ ਨੇ ਜਿਵੇਂ ਕੁਝ ਦਿਨ ਪਹਿਲਾਂ ਮੈਂ ਇੱਕ ਪੇਸ਼ੈਂਟ ਦੇਖਿਆ ਮੁਕਸਰਤ ਵਾਏ ਨੇ ਯੰਗ 40 ਸਾਲ ਦੇ ਹੈਗੇ ਨੇ ਤੇ ਉਹ 20 ਸਾਲ ਤੋਂ ਫਾਰਮਿੰਗ ਕਰਦੇ ਨੇ ਠੀਕ ਹੈ ਤੇ 40 ਸਾਲ ਤੇ ਪਾਰਕਿੰਸਨਸ ਹੋਣੀ ਥੋੜੀ ਘੱਟ ਦੇਖੀ ਜਾਂਦੀ ਹੈ ਜਦੋਂ ਵੀ ਅਸੀਂ ਦੇਖਦੇ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੋਈ ਕਾਰਨ ਦੇਖੀਏ ਕਿ ਕੋਈ ਇਦਾਂ ਦਾ ਰਿਵਰਸੀਬਲ ਠੀਕ ਹੋਣ ਵਾਲਾ ਕਾਰਨ ਤਾਂ ਨਹੀਂ ਜਿਹਨੂੰ ਅਸੀਂ ਮਿਸ ਕਰ ਸਕਦੇ ਆ ਪਾਰਕਿੰਸਨਸ ਉਹ ਪੇਸ਼ੈਂਟ ਨੇ ਦੱਸਿਆ ਕਿ ਜੀ ਮੈਂ ਖੇਤੀ ਕਰਦਾ ਐ ਐਂਡ ਤੇ ਰੈਗੂਲਰ ਪਿਛਲੇ 20 ਸਾਲ ਤੋਂ ਕਰਿਆ ਉਸ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਹੈ ਕੋਈ ਨਸ਼ਾ ਪੱਤਾ ਨਹੀਂ ਹੈ ਸਭ ਕੁਝ ਠੀਕ ਤਾਂ ਮੈਂ ਉਹਨੂੰ ਇੱਕ ਚੀਜ਼ ਪੁੱਛੀ ਕਿ ਤੁਸੀਂ ਖੇਤੀ ਕਰਦੇ ਹੋ ਜਦੋਂ ਦਵਾਈ ਛੜਕਦੇ ਹੋ ਕਵਰ ਕਰਦੇ ਹੋ ਆਪਣੇ ਆਪ ਨੂੰ ਬਿਲਕੁਲ ਵੀ ਨਹੀਂ ਮੈਂ ਤਾਂ ਹੱਥ ਨਾਲ ਦਵਾਈ ਕੋਲ ਦਿੰਦਾ ਤੁਸੀਂ ਜਿਹੜਾ ਹੱਤ ਨਾਲ ਦਵਾਈ ਕੋਲਦੇ ਹੋ ਇਹ ਯਾਦ ਰੱਖੋ ਕਿ ਤੁਸੀਂ ਦਵਾਈ ਨੂੰ ਸਕਿਨ ਦੇ ਥਰੂ ਬਲੱਡ ਚ ਲੈ ਕੇ ਜਾ ਰਹੇ ਹੋ ਇਹਨੂੰ ਬਲੱਡ ਤੋਂ ਕਿਤੇ ਨਾ ਕਿਤੇ ਬ੍ਰੇਨ ਦੇ ਨਿਊਰੋਨਸ ਤੱਕ ਜ਼ਰੂਰ ਜਾਏਗੀ ਤੇ ਬ੍ਰੇਨ ਦੇ ਨਰਵ ਸੈਲਸ ਨੂੰ ਡੈਮੇਜ ਕਰੇਗੀ ਸੋ ਇਹ ਵੀ ਇੱਕ ਰੀਜ਼ਨ ਹੈ ਪਾਰਕਿੰਸਨਸ ਦਾ ਕੁਝ ਟੌਕਸਿਨਸ ਨੇ ਜਿਵੇਂ ਕਿ ਮੈਗਨੀਜ਼ ਲੈਡ ਐਮਬੀਟੀਪੀ ਜੋ ਕਿ ਪਾਰਕਿੰਸਨਸ ਕਰ ਸਕਦੇ ਨੇ ਸੋ ਸਾਡੇ ਕੁਝ ਓਕਿਊਪੇਸ਼ਨਲ ਨੇ ਜਿਵੇਂ ਕਹ ਲੋ ਕਿ ਹਜ਼ਰਡਸ ਨੇ ਇਹਨਾਂ ਤੋਂ ਬਚਣ ਲਈ ਤੁਸੀਂ ਜ਼ਰੂਰ ਦੱਸੋ ਆਪਣੇ ਚੈਨਲ ਥਰੂ ਲੋਕਾਂ ਨੂੰ ਕਿ ਇਸ ਚੀਜ਼ ਪਰਹੇਜ਼ ਵਰਤਨ ਤੇ ਇਹ ਵੀ ਕਾਰਨ ਹੈ ਪਾਰਕਿੰਸਨਸ ਤੋਂ ਬਚਲ ਨਹੀਂ ਤੁਸੀਂ ਪੈਸਾਈਸਾਈਡਸ ਦੀ ਗੱਲ ਕਰ ਰਹੇ ਹੋ ਜਿਹੜੀਆਂ ਅਸੀਂ ਜਿਮੀ ਦਾ ਸਾੜਾ ਖੇਤਾਂ 'ਚ ਯੂਜ਼ ਕਰਦਾ ਤੁਸੀਂ ਕਹਿ ਰਹੇ ਹੋ ਕਿ ਉਹ ਵੀ ਇੱਕ ਬਿਮਾਰੀ ਦਾ ਕਾਰਨ ਹੈ ਪਰ ਇਹ ਸਿਰਫ ਇੱਕ ਤੱਕ ਸੀਮਤ ਨਹੀਂ ਹੋ ਸਕਦਾ ਇਹ ਜਿਹੜਾ ਉਸ ਅਨਾਜ ਨੂੰ ਖਾ ਰਿਹਾ ਹੈ ਮੈਨੂੰ ਲੱਗਦਾ ਉਹਦੇ ਤੱਕ ਵੀ ਇਹ ਬਿਮਾਰੀ ਜਾਂਦੀ ਹੋਵੇਗੀ ਬਿਲਕੁਲ ਸਰ ਜਿਵੇਂ ਸੀ ਕਹਿੰਦੇ ਆ ਕਿ ਟਾਕਸਿਨਸ ਮੈਗਨੀਸ ਤੇ ਲੈਡ ਇਹ ਪਾਰਕਿੰਸਨਸ ਕਰਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗੇ ਨੇ ਸੋ ਜਿੱਥੇ ਪਾਣੀ ਦੀ ਮਾਤਰਾ 'ਚ ਮੈਗਨੀਸ ਤੇ ਲੈਡ ਬਹੁਤ ਜ਼ਿਆਦਾ ਹੋਏਗਾ ਜਾਂ ਥੋੜੇ ਖਾਣੇ ਦੀ ਮਾਤਰਾ 'ਚ ਮਾਤ ਖਾਣੇ ਵਿੱਚ ਮੈਗਨੀਸ ਤੇ ਲੈਡ ਦੀ ਮਾਤਰਾ ਬਹੁਤ ਜ਼ਿਆਦਾ ਹੋਏਗੀ ਤਦ ਨੂੰ ਪਾਰਕਿੰਸਨ ਹੋਣ ਦੇ ਚਾਂਸ ਜ਼ਰੂਰ ਹੋਣਗੇ ਕਿ ਅੰਗਾਂ ਦਾ ਵੀੰਗੇ ਹੋਣਾ ਹੱਡੀਆਂ ਦਾ ਵੀੰਗੇ ਹੋਣਾ ਜਾਂ ਉਮਰ ਤੋਂ ਪਹਿਲਾਂ ਬਚਪਨ ਦੇ ਵਿੱਚ ਕਮਜ਼ੋਰ ਹੋਣਾ ਇਹ ਬਿਮਾਰੀ ਦਾ ਕਾਰਨ ਹੋ ਸਕਦੇ ਨੇ ਪਾਰਕਿੰਸਨ ਸਿਪ ਹੋਣੀ ਦਾ ਜੀ ਨਹੀਂ ਪਾਰਕਿੰਸਨਸ ਇੱਕ ਡੋਪਾਮਿਨ ਨਾਮ ਦੇ ਕੈਮੀਕਲ ਦੀ ਘਾਟ ਕਰਕੇ ਹੋ ਰਹੀ ਹੈ ਸੋ ਜਿਹੜੀ ਤੁਸੀਂ ਚੀਜ਼ ਅਸਰੂ ਕਿ ਬਚਪਨ ਚ ਕਮਜ਼ੋਰੀ ਉਸ ਚੀਜ਼ ਦਾ ਇਸ ਨਾਲ ਬਹੁਤ ਜ਼ਿਆਦਾ ਲੈਣਾ ਦੇਣਾ ਨਹੀਂ ਹੈ। ਇਲਾਜ ਕੀ ਹੈ? ਇਹਦਾ ਕਿਹੜੀ ਸਟੇਜ ਤੇ ਜਾ ਕੇ ਸਹੀ ਇਲਾਜ ਹੋ ਸਕਦਾ ਆ ਕੀ ਤੇ ਕਿਸ ਤਰੀਕੇ ਨਾਲ ਕੋਈ ਸਰਜਰੀ ਹੈ ਜਾਂ ਮੈਡੀਕਲ ਜਾਂ ਮੈਡੀਸਿਨਸ ਦੇ ਨਾਲ ਹੀ ਸਰ ਕੋ ਠੀਕ ਹੋ ਸਕਦਾ। ਸਭ ਤੋਂ ਪਹਿਲਾਂ ਸਰ ਡਾਇਗਨੋਸਿਸ ਟਾਈਮ ਸਰ ਹੋਣਾ ਬਹੁਤ ਜ਼ਰੂਰੀ ਹੈ। ਕਿ ਅਸੀਂ ਕਹਿੰਨੇ ਕਿ ਜੋ ਡਾਇਗਨੋਸਿਸ ਹੋ ਗਿਆ ਸਮਝੋ ਕਿ ਅਦਰ ਟ੍ਰੀਟਮੈਂਟ ਸ਼ੁਰੂ ਹੋ ਗਿਆ ਤੁਹਾਡਾ। ਠੀਕ ਹੈ। ਅਸੀਂ ਗੱਲ ਕਰਦੇ ਆ ਕਿ ਪਾਰਕਿੰਸਨ ਡੋਪਾਮਿਨ ਨਾਮ ਦਾ కెమికਲ ਘੱਟ ਜਾਂਦਾ। ਸੋ ਡੋਪਾਮਿਨ ਨਾਮ ਦੇ కెమికਲ ਨੂੰ ਬਾਹਰੋਂ ਰਿਪਲੇਸ ਕਰਨਾ ਚਾਹੀਦਾ। रिप्लेस ਕਰ ਲਈ ਕੁਝ ਮੈਡੀਸਿਨਸ ਨੇ ਜਿਨ੍ਹਾਂ ਰਾਹੀਂ ਅਸੀਂ ਇਹ ਮੈਡੀਸਿਨ ਦੇ ਕੇ ਬ੍ਰੇਨ ਚ ਉਸ ਚੀਜ਼ ਦੀ ਕਮੀ ਪੂਰੀ ਕਰ ਸਕਦੇ ਆ ਪਰ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜੋ ਚੀਜ਼ ਰੱਬ ਨੇ ਬਣਾਈ ਹੈ ਤੇ ਜੋ ਸੈੱਲ ਕਮਜ਼ੋਰ ਹੋ ਰਹੇ ਨੇ ਅਸੀਂ ਉਹਨੂੰ 100% ਕਵਰ ਨਹੀਂ ਕਰ ਸਕਦੇ ਠੀਕ ਹੈ ਸੋ ਜਦੋਂ ਅਸੀਂ ਬਾਰੋ ਲੀਵੋਡੋਪਾ ਜਾਂ ਡੋਪਾਮਿਨ ਨੂੰ ਰਿਪਲੇਸ ਕਰਦੇ ਆ 60 ਤੋਂ 80% ਤੁਸੀਂ ਚੰਗੇ ਸਿੰਪਟਮਸ ਨੂੰ ਕੰਟਰੋਲ ਕਰ ਸਕਦੇ ਹੋ ਸੋ ਮੈਡੀਸਿਨ ਰਾਹੀਂ ਅਸੀਂ ਕਾਫੀ ਹਾਲ ਤੱਕ ਕਾਫੀ ਦੇਰ ਤੱਕ ਕੁਝ ਸਟੇजेस ਏਕੇ ਨੂੰ ਚੰਗਾ ਕੰਟਰੋਲ ਕਰ ਸਕਦੇ ਆ ਓਕੇ ਸੈਕੰਡ ਜੋ ਬਹੁਤ ਇੰਪੋਰਟੈਂਟ ਹੈ ਅਸੀਂ ਇਸ ਚੀਜ਼ ਤੇ ਬਾਰਬਰ ਫੋਕਸ ਕਰਾਂਗੇ ਕਿ ਐਕਸਰਸਾਈਜ਼ ਠੀਕ ਹੈ పార్ਕਿੰਸਨ ਦੇ ਕੁਝ ਸਿੰਪਟਮਸ ਨੇ ਜਿਵੇਂ ਕਿ ਬੈਲੈਂਸ ਦਾ ਟੁੱਟਣਾ ਇਹ ਸਿਰਫ ਤੇ ਸਿਰਫ ਐਕਸਰਸਾਈਜ਼ ਨਾਲ ਠੀਕ ਰਹਿੰਦੇ ਨਹੀਂ ਕਸਰਤ ਲਗਾਤਾਰ ਕਰੋਗੇ ਤੇ ਕਸਰਤ ਵਿੱਚ ਕੋਈ ਵੀ ਕਸਰਤ ਤੁਸੀਂ ਸਵੀਮਿੰਗ ਕਰਨਾ ਚਾਹੋ ਸੈਰ ਕਰਨਾ ਚਾਹੋ ਸਾਈਕਲਿੰਗ ਡਾਂਸਿੰਗ ਕੁਝ ਵੀ ਕਰਨਾ ਚਾਹੋ ਜੋ ਕੰਟੇਲੀਸੀ ਕਰ ਸਕਦੇ ਹੋ ਤੁਹਾਡਾ ਬੈਲੈਂਸ ਤੇ ਵਾਕਿੰਗ ਨੂੰ ਬਿਲਕੁਲ ਠੀਕ ਰੱਖੇਗਾ ਓਕੇ ਲਾਸਟਲੀ ਅਸੀਂ ਡੀਪ ਬ੍ਰੇਨ ਸਟੀਮੂਲੇਸ਼ਨ ਨਾਮ ਦੀ ਸਰਜਰੀ ਹੈ ਜਿਹਨੂੰ ਆਮ ਭਾਸ਼ਾ ਦੱਸਿਆ ਜਾਵੇ ਤਾਂ ਜਿਵੇਂ ਹਾਰਟ ਲਈ ਸੀ ਪੇਸਮੇਕਰ ਲਗਾਣੇ ਆ ਕਿ ਹਾਰਟ ਦੀ ਰਿਦਮ ਰੈਗੂਲਰ ਰਵੇ ਉਵੇਂ ਬ੍ਰੇਨ ਦੀ ਪੇਸਮੇਕਰ ਸਰਜਰੀ ਹੈ। ਇਹਨਾਂ ਨਾਲ ਅਸੀਂ ਕੀ ਕਰਦੇ ਆ ਕਿ ਜੇ ਤੁਹਾਡਾ ਹੱਥ ਕੰਬ ਰਿਹਾ ਹੈ ਜਾਂ ਸਰੀਰ ਦੇ ਕਿਸੇ ਅਕੜਾਪਣ ਹੈ ਜਾਂ ਹੌਲੀ ਹੋ ਗਿਆ ਤਾਂ ਬ੍ਰੇਨ 'ਚ ਵਾਇਰਸ ਲਗਾ ਕੇ ਲੀਡਸ ਪਾ ਕੇ ਤੇ ਇਥੇ ਬੈਟਰੀ ਨਾਲ ਅਸੀਂ ਇਹਨੂੰ ਕੰਟਰੋਲ ਕਰ ਸਕਦੇ ਹਾਂ ਕਿ ਸਿਰ ਟ੍ਰੈਮਰ ਨੂੰ ਕਿੰਨੀ ਸਪੀਡ ਤੇ ਘੱਟ ਕਰ ਸਕਦੇ ਹਾਂ। ਬੜੀ ਸਰਜਰੀ ਇਹ ਗੱਲ ਯਾਦ ਰੱਖੋ ਕਿ ਸਿਰਫ ਪਾਰਕਿਨਸਨਸ ਦੇ ਪੇਸ਼ੈਂਟਾਂ 'ਚ ਹੀ ਹੋ ਸਕਦੀ ਹੈ। ਤੇ ਪਾਰਕਿੰਸਨ ਦੇ ਬਹੁਤ ਸਾਰੇ ਟਾਈਪਸ ਨੇ ਸੋ ਇਹ ਚੀਜ਼ ਆਪਣੇ ਡਾਕਟਰ ਤੋਂ ਜ਼ਰੂਰ ਪੁੱਛੋ ਕਿ ਕੀ ਤੁਹਾਡੇ ਲਈ ਇਹ ਇੰਡੀਕੇਟਿਡ ਹੈ ਵੀ ਕਿ ਨਹੀਂ ਹੈ ਜੇ ਤੁਸੀਂ ਟਿਪੀਕਲ ਪਾਰਕਿੰਸਨ ਦੇ ਪੇਸ਼ੈਂਟ ਨਹੀਂ ਹੋ ਤੁਸੀਂ ਇਹ ਸਰਜੀ ਬਿਲਕੁਲ ਨਹੀਂ ਕਰਾਓ ਇੱਕ ਸਵਾਲ ਹੋਰ ਹੈ ਇਹ ਬਿਮਾਰੀ ਜਿਹੜੀ ਹੈ ਇਹ ਔਰਤਾਂ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਕਿ ਮਰਦਾਂ 'ਚ ਸਰ ਇਹ ਬਿਲਕੁਲ ਬਰਾਬਰ ਹੈ ਤੁਮ 1:1 ਐਂਡ ਇਹ ਦੇਖਿਆ ਗਿਆ ਹੈ ਕਿ ਵਰਲਡ ਓਵਰ ਸੈਕਿੰਡ ਮੋਸਟ ਕਾਮਨ ਨਿਊਰੋ ਡਿਜਨਰੇਟਿਵ ਬਿਮਾਰੀ ਹੈ ਅਲਜ਼ਾਈਮਰਸ ਡਿਮੈਂਸ਼ੀਆ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਤੋਂ 10-20 ਸਾਲ ਬਾਅਦ ਹੋ ਸਕਦੇ ਪਹਿਲੀ ਬਿਮਾਰੀ ਬਣੇ ਨਿਊਰੋਟੀ ਜਨਰੇਟਿਵ ਸਾਡੇ ਲੋਕ ਤਾਂ ਖਾਸ ਤੌਰ ਤੇ ਪੰਜਾਬ ਦੇ ਲੋਕ ਤਾਂ ਦਿਮਾਗ ਤੇ ਡਾਕਟਰ ਕੋਲ ਜਾਣਾ ਤਾਂ ਇਹ ਸਮਝਦੇ ਨੇ ਵੀ ਉਹ ਪਾਗਲ ਹੀ ਹੋ ਗਿਆ ਤੁਸੀਂ ਦਿਮਾਗ ਦੇ ਡਾਕਟਰ ਦੀ ਗੱਲ ਕੀਤੀ ਹੈ ਤੇ ਇਹ ਵੀ ਦੱਸਣਾ ਚਾਹਾਂਗੇ ਕਿ ਪਾਰਕਿੰਸਨਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਡਾਕਟਰ ਕੋਲ ਜਾਣਾ ਹੈ ਕਿਉਂਕਿ ਤੁਸੀਂ ਇਹ ਜਿਸ ਤਰੀਕੇ ਨਾਲ ਕਹਿ ਰਹੇ ਹੋ ਕਿ ਥੋੜਾ ਬਹੁਤ ਮਾਨਸਿਕ ਤੌਰ ਤੇ ਤੁਹਾਨੂੰ ਪਰੇਸ਼ਾਨ ਬੰਦਾ ਥੋੜਾ ਬਹੁਤ ਹੁੰਦਾ ਆ ਤਾਂ ਮੇਰੇ ਸਵਾਲ ਦਾ ਮਤਲਬ ਇਹ ਸੀ ਕਿ ਲੋਕ ਸਾਡੇ ਡਾਕਟਰ ਕੋਲ ਜਾਣਾ ਪਸੰਦ ਹੀ ਨਹੀਂ ਕਰਦੇ ਜਦੋਂ ਉਹ ਦਿਮਾਗੀ ਤੌਰ ਤੇ ਬਿਮਾਰ ਹੋਣਾ ਸ਼ੁਰੂ ਹੁੰਦੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਮੈਨੂੰ ਲੋਕ ਪਾਗਲ ਕਹਿਣਗੇ ਜਾਂ ਮੈਂ ਆਪਣੇ ਆਪ ਵਿੱਚ ਪਾਗਲ ਹੋ ਗਿਆ ਯੈਸ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੇ ਕਈ ਵਾਰੀ ਮੈਂ ਦੇਖਦੀ ਹਾਂ ਕਿ ਮੇਰੇ ਕੋਲ ਕੁਝ डिप्रेशन ਦੇ ਪੇਸ਼ੈਂਟਸ ਆਉਂਦੇ ਨੇ ਮੈਂ ਇੱਕ ਨਿਊਰੋਲੋਜਿਸਟ ਹਾਂ ਮੇਰਾ ਜਿਹੜਾ ਡੋਮੇਨ ਹੈ ਉਹ ਸਾਈਕੀਟਰੀ ਨਹੀਂ ਹੈ ਬਿਲਕੁਲ ਸੋ ਇਦਾਂ ਦੇ ਪੇਸ਼ੈਂਟ ਜਦੋਂ ਵੀ ਆਉਂਦੇ ਆ ਤੇ ਮੈਂ ਕੋਸ਼ਿਸ਼ ਕਰਦੀ ਹਾਂ ਉਹਨੂੰ ਸਮਝਾਉਣ ਦੀ ਕਿ ਮੈਂ ਨਿਊਰੋਲੋਜਿਸਟਾਂ ਮੇਰਾ ਡੋਮੇਨ ਨਹੀਂ ਹੈ ਤੁਸੀਂ ਸਾਈਕੀਟ੍ਰਿਸਟ ਜਾਂ ਮੈਂਟਲ ਹੈਲਥ ਸਪੈਸ਼ਲਿਸਟ ਨੂੰ ਜ਼ਰੂਰ ਮਿਲੋ ਸੋ ਆਈ ਥਿੰਕ ਇਸ ਤੋਂ ਇਹ ਗੱਲ ਜਾਨਣਾ ਬਹੁਤ ਜ਼ਰੂਰੀ ਹੈ ਕਿ ਜੇ ਤੁਹਾਨੂੰ ਪਾਰਕਿੰਸਨ ਸਿੰਪਟਮਸ ਨੇ ਤਾਂ ਨਿਊਰੋਲੋਜਿਸਟ ਨੂੰ ਮਿਲਣਾ ਜ਼ਰੂਰੀ ਹੈ ਨਾ ਕਿ ਸਾਈਕੀਟ੍ਰਿਸਟ ਨੂੰ ਨਾ ਕਿ ਨਿਊਰੋ ਸਰਜਨ ਨੂੰ ਨਾ ਕਿ ਕਿਸੇ ਹੋਰ ਇਦਾਂ ਦੇ ਡਿਪਾਰਟਮੈਂ ਅੱਜਕਲ ਨਿਊਰੋਲੋਜੀ ਵੀ ਅਸੀਂ ਅੱਗੇ ਜਿਵੇਂ ਕੁਝ ਸਾਲ ਪਹਿਲਾਂ ਇੱਕ ਡਿਗਰੀ ਹੁੰਦੀ ਸੀ ਐਮਬੀਬੀਐਸ ਫਿਰ ਐਮਡੀ ਫਿਰ ਡੀਐਮ ਅੱਜਕਲ ਡੀਐਮ ਤੋਂ ਬਾਅਦ ਨਿਊਰੋਲੋਜੀ ਤੋਂ ਬਾਅਦ ਹੋਰ ਡਿਗਰੀਆਂ ਆ ਗਈਆਂ ਜੋ ਕਿ ਸਿਰਫ ਪਾਰਕਿੰਸਨਸ ਦੇ ਹੀ ਲਈ ਸਪੈਸ਼ਲਿਸਟ ਹੁੰਦੀ ਹੈ। ਸੋ ਇਹ ਦੱਸਣਾ ਚਾਹਵਾਂਗੀ ਕਿ ਮੇਰੀ ਇਸ ਚੀਜ਼ ਖਾਸੀਅਤ ਹੈ ਅਸੀਂ ਲੰਡਨ ਤੋਂ ਤੇ ਸਿੰਗਾਪੁਰ ਤੋਂ ਮੇਰੀ 2 ਸਾਲ ਦੀ ਸਟੱਡੀਜ਼ ਹੈ ਜਿਸ ਰਿਸਰਚ بیس ਕਰਕੇ ਆਏ ਕਿ ਜਿਸ ਵਿੱਚ ਸਿਰਫ ਪਾਰਕਿੰਸਨਸ ਤੇ ਡਿਮੈਂਸ਼ੀਆ ਤੇ ਖਾਸ ਫੋਕਸ ਹੈਗਾ ਸੀ। ਸੋ ਮੇਬੀ ਇਸ ਕਰਕੇ ਮੈਂ ਤੁਹਾਨੂੰ ਬੈਟਰ ਦੱਸ ਪਾ ਰਹੀ ਹਾਂ ਜਾਂ ਉਤ ਤੱਕ ਕਰਾ ਰਹੀ ਹਾਂ। ਸੋ ਇਹ ਬਹੁਤ ਜ਼ਰੂਰੀ ਹੈ ਦੱਸਣਾ ਤੁਹਾਡੇ ਚੈਨਲ ਦੇ ਦੇਖਣ ਵਾਲੇ ਬਿਲਕੁਲ ਇਹ ਇਹ ਸਭ ਦੇ ਲਈ ਬਹੁਤ ਜ਼ਰੂਰੀ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਸਾਡੇ ਘਰਾਂ ਦੇ ਵਿੱਚ ਅਕਸਰ ਇਹ ਮਰੀਜ਼ ਸਾਡੇ ਇਰਤ ਗਿਰਦ ਹੁੰਦੇ ਜ਼ਰੂਰ ਨੇ ਆਲੇ ਦੁਆਲੇ ਹੁੰਦੇ ਜ਼ਰੂਰ ਨੇ ਪਰ ਅਸੀਂ ਨਜ਼ਰ ਅੰਦਾਜ਼ ਕਰਦੇ ਆਂ ਤੇ ਸ਼ਾਇਦ ਇਹਨਾਂ ਗੱਲਾਂ ਕਰਕੇ ਡਾਕਟਰ ਸਾਹਿਬ ਨੂੰ ਲੱਗਦਾ ਹੁਣ ਤੱਕ ਇਹ ਬਿਮਾਰੀ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੁਣ ਤੱਕ ਬਿਮਾਰੀ ਉਸ ਹਫ਼ਤੇ ਨਾ ਤਾਂ ਲੋਕ ਜਾਗਰੂਕ ਹੋ ਸਕੇ ਨਾ ਇਸ ਬਾਰੇ ਪ੍ਰਚਾਰਿਆ ਗਿਆ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਸਰ ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਤੁਹਾਡੇ ਕਿ ਤੁਸੀਂ ਵਰਲਡ ਪਾਰਕਿੰਸਨ ਸਟੇ ਤੇ ਇਸ ਚੀਜ਼ ਤੇ ਜਾਗਰੂਕਤਾ ਲੈ ਕੇ ਆ ਰਹੇ ਹੋ ਮੇਰਾ ਇਹ ਮੇਨ ਮੋਟਿਵ ਰਹੇਗਾ ਕਿ ਅਸੀਂ ਇਸ ਤੇ ਹਮੇਸ਼ਾ ਜਾਗਰੂਕਤਾ ਫੈਲਾਉਂਦੇ ਰਹੀਏ ਅਸੀਂ ਪਿਛਲੇ ਸੰਡੇ ਸੰਡੇ ਨੂੰ 9 ਤਰੀਕ ਨੂੰ ਇੱਕ ਪੰਜਾਬ ਚ ਵੌਕਥਨ ਕਰਦੀ ਪਾਰਕਿੰਸਨ ਸੀ ਜੋ ਕਿ ਪੰਜਾਬ ਦੀ ਪਹਿਲੀ ਪਾਰਕਿੰਸਨਸ ਅਵੇਰਨੈਸ ਵੌਕਥਨ ਸੀ ਕੋਸ਼ਿਸ਼ ਕਰਾਂਗੇ ਕਿ ਹਰ ਸਾਲ ਅਸੀਂ ਇਹ ਵੌਕਥਨ ਕਰੀਏ ਤਾਂ ਕਿ ਜਿੰਨੇ ਵੀ ਲੋਕ ਸਨ ਜੁੜ ਸਕਣ ਉਹ ਸਮਝਣ ਕਿ ਪਾਰਕਿੰਸਨਸ ਕੀ ਹੈ ਹਰ ਇਨਸਾਨ ਅਗਲੇ ਕਿਸੇ ਇਨਸਾਨ ਤੋਂ ਜਾ ਕੇ ਸਵਾਲ ਪੁੱਛੇ ਕਿ ਪਾਰਕਿੰਸਨਸ ਕੀ ਹੈ ਤਾਂ ਆਈ ਐਮ ਵੈਰੀ ਸ਼ੋਰ ਕਿ ਇਹ ਪਾਰਕਿੰਸਨਸ ਬਾਰੇ ਜਲਦੀ ਅਵੇਅਰਨੈਸ ਹੋ ਜਾਏਗੀ ਤੇ ਸਿਰ ਟਾਈਮ ਸੇ ਨੂੰ ਡਾਇਗਨੋਸ ਕਰਕੇ ਟਰੀਟਮੈਂਟ ਕਰ ਮੇਰਾ ਆਖਰੀ ਸਵਾਲ ਪੰਜਾਬ ਚ ਕਿੰਨੇ ਮਰੀਜ਼ ਹੁਣ ਤੱਕ ਜਾਂ ਪੰਜਾਬ ਚ ਇੱਕ ਰੇਸ਼ੋ ਕੀ ਹੈ ਕਿ ਕਿੰਨੇ ਆ ਪਿੱਛੇ ਕਿੰਨੇ ਮਰੀਜ਼ ਇਸ ਬਿਮਾਰੀ ਦੇ ਹੋਏਗੇ ਸਰ ਪੰਜਾਬ ਦੀ ਰੇਸ਼ੋ ਸਾਡੇ ਕੋਲ ਨਹੀਂ ਹੈਗੀ ਹਜੇ ਤੱਕ ਕੋਈ ਅੰਕੜੇ ਨਹੀਂ ਹੈ ਕਿਉਂਕਿ ਬਿਮਾਰੀ ਨੂੰ ਇੰਟਰੋਡਿਊਸ ਹੋਇਆ ਹੀ ਨਹੀਂ ਚੰਗੀ ਤਰ੍ਹਾਂ ਤਾਂ ਅੰਕੜਾ ਨਹੀਂ ਹੈ ਜੀ ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਤੇ ਕੰਮ ਕਰੀਏ ਬਟ ਕਿਉਂਕਿ ਸਾਡੇ ਇੰਡੀਆ ਡਾਟਾ ਮੇਨਟੇਨ ਕਰਨਾ ਬੜਾ ਮੁਸ਼ਕਿਲ ਹੈ ਸੋ ਜੇ ਅਸੀਂ 올ਓਵਰ ਦੁਨੀਆ ਦੀ ਗੱਲ ਕਰੀਏ ਜਿਵੇਂ ਮੈਂ ਦੱਸਿਆ ਕਿ ਸੈਕਿੰਡ ਮੋਸਟ ਕਾਮਨ ਹੈ ਤਾਂ ਐਕਚੁਅਲੀ ਬਹੁਤ ਕਾਮਨ ਬਿਮਾਰੀ ਹੈ ਪਰ ਪੰਜਾਬ ਦਾ ਡਾਟਾ ਸੀ ਜੇ ਕਲੈਕਟ ਨਹੀਂ ਕਰ ਪਾਇਆ ਕੁਝ ਸਾਲ ਪਹਿਲਾਂ ਜਦੋਂ ਮੈਂ ਆਪਣੀ ਟ੍ਰੇਨਿੰਗ ਕਰ ਰਹੀ ਸੀ ਤੇ ਇੱਕ ਹੋਰ ਬਿਮਾਰੀ ਇਦਾਂ ਦੀ ਹੁੰਦੀ ਹੈ ਜੋ ਪਾਰਕਿੰਸਨਸ ਵਰਗੀ ਦਿਖਦੀ ਹੈ ਮੈਂ ਉਸ ਤੇ ਰਿਸਰਚ ਕਰ ਰਹੀ ਸੀ ਤਾਂ ਮੇਰੇ ਜੋ ਗੁਰੂ ਨੇ ਡਾਕਟਰ ਗਗਨਦੀਪ ਜੋ ਹੈਡ ਨੇ ਨਰੋਲੋਜੀ ਡਿਪਾਰਟਮੈਂਟ ਦੇ ਡੀਐਮਸੀ ਚ ਮੈਨੂੰ ਕਿਹਾ ਕਿ ਜੇ ਤੂੰ ਇਸ ਮਾਰ ਨੂੰ ਚੰਗੀ ਤਰ੍ਹਾਂ ਦੇਖਣਾ ਚਾਹੁੰਦੀ ਹੈ ਤਾਂ ਲੋਕਾਂ ਦੇ ਘਰਾਂ ਜਾ ਕੇ ਦੇਖ ਕੇ ਸੋ ਅਸੀਂ ਰਾਇਕੋਟ ਦੇ ਕੁਝ ਆਸ-ਪਾਸ ਜਿੰਨੇ 10 ਪਿੰਡ ਹੈਗੇ ਸੀ ਇਸ ਮਾਰ ਨੂੰ ਦੇਖਣ ਲਈ ਗਏ ਤੇ ਪਤਾ ਚੱਲਿਆ ਕਿ 12 ਫੈਮਿਲੀਜ਼ ਜੋ ਕਿ ਕਨੈਕਟਡ ਸੀ ਕਿਸੇ ਨਾ ਕਿਸੇ ਥਰੂ ਉਹਨਾਂ ਚ 40 ਮੈਂਬਰਸ ਸੇਮ ਮਾਰ ਅਫੈਕਟਡ ਸੀ ਠੀਕ ਹੈ ਬਟ ਉਹਨਾਂ ਨੂੰ ਖੁਦ ਨੂੰ ਪੇਸ਼ੈਂਟ ਨੂੰ ਨਹੀਂ ਪਤਾ ਸੀ ਕਿ ਉਹਨਾਂ ਨੇ ਬਿਮਾਰੀ ਹੈ ਤੇ ਉਹ ਕਨੈਕਟਡ ਨੇ ਉਹ ਦਾਦੇ ਪਰਦਾਦੇ ਆਪਸ ਰਿਲੇਟਡ ਸੀ ਸਾਰੇ ਸੋ ਸੀ ਫੈਮਲੀ ਟਰੀ ਬਣਾਇਆ ਲੋਕਾਂ ਨੂੰ ਸਮਝਾਇਆ ਕਿ ਕੀ ਬਿਮਾਰੀ ਹੈ ਉਦਾਂ ਹੀ ਪਾਰਕਿੰਸਨਸ ਦੀ ਰੇਸ਼ਿਓ ਕੱਢਣੀ ਬੜੀ ਮੁਸ਼ਕਲਤ ਹੈ ਜਦ ਤੱਕ ਇਹ ਸਾਰੇ ਇਕੱਠੇ ਨਹੀਂ ਹੋ ਜਾਂਦੇ ਪਾਰਕਿੰਸਨਸ ਦੀ ਅਵੇਰਨੈਸ ਫੈਲਾਉਣ ਦੇ ਲਈ ਮੈਡਮ ਦੇ ਇਸ ਅੰਕੜੇ ਤੋਂ ਮੈਂ ਅੰਦਾਜ਼ਾ ਜ਼ਰੂਰ ਲਾਵਾਂਗਾ ਕਿ ਇੱਕ ਪਰਿਵਾਰ 'ਚ 3 ਤੋਂ ਵੱਧ ਮਰੀਜ਼ ਇਸ ਬਿਮਾਰੀ ਦੇ ਪਾਏ ਜਾ ਸਕਦੇ ਨੇ ਜੇਕਰ 12 ਪਰਿਵਾਰਾਂ ਦੇ ਵਿੱਚ 40 ਮਰੀਜ਼ ਨੇ ਇਹ ਅੰਕੜਾ ਅਸੀਂ ਕੱਢ ਸਕਦੇ ਹਾਂ ਪਰ ਇਹ ਬਿਮਾਰੀ ਇੰਨੀ ਘਾਤਕ ਹੋ ਸਕਦੀ ਹੈ ਇਸ ਨੂੰ ਸਿਰਫ ਉਮਰ ਦਾ ਤਕਾਜ਼ਾ ਕਹਿ ਕੇ ਛੱਡਿਆ ਜਾ ਸਕਦਾ ਹੈ ਇਹ ਚੀਜ਼ਾਂ ਸਾਡੇ ਲਈ ਬਹੁਤ ਖਤਰਨਾਕ ਨੇ ਸੋ ਦੋਸਤੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਲੋਕਾਂ ਨੂੰ ਇਸ ਬਿਮਾਰੀ ਬਾਰੇ ਦੱਸ ਸਕੀਏ ਤੇ ਖਾਸ ਤੌਰ ਤੇ ਇਸ ਬਿਮਾਰੀ ਦੀ ਅਸਲ ਪਹਿਚਾਣ ਕਰਕੇ ਸਾਡੀ ਲੋੜੇ ਬਣਦੀ ਆ ਕਿ ਅਸੀਂ ਸਹੀ ਡਾਕਟਰ ਕੋਲ ਜਾ ਕੇ ਇਸ ਦਾ ਇਲਾਜ ਕਰਵਾਈਏ